ਉਹ ਲੰਬਾ ਸਾਰਾ ਨੌਜਾਨ ਕੋਈ ਕੈਨੇਡੀਅਨ ਸੀ ਉਹ ਕਹਿੰਦਾ ਮਿਸਟਰ ਮਾਲੀ ਕਹਿੰਦਾ ਆਈ ਨੀਡ ਅ ਬੈਗ ਸਾਈਨ ਕਿ ਗੁਰੂ ਘਰਾਂ ਚ ਲੜਾਈਆਂ ਵਗੈਰਾ ਬਾਤ ਹੁੰਦੀਆਂ ਸੀ ਤੇ ਜਿਹੜੇ ਦੂਜੇ ਸੀਗੇ ਲੋਕ ਗੋਰੇ ਕਾਲੇ ਜਾਂ ਹੋਰ ਲੋਕਾਂ ਉਹ ਸਾਂਝੇ ਦੇ ਸੀ ਕਿ ਇਹ ਲੋਕ ਜਿਹੜੇ ਆ ਗਏ ਲੜਾਈ ਝਗੜਾਈ ਕਰਦੇ ਆ ਜਾਂ ਹੋਰ ਬਾਕੀ ਇਹ ਪੰਜਾਬ ਦੇ ਸਬੰਧ ਚ ਹੀ ਸੋਚਦੇ ਵਾਲਾ ਜਾਂ ਖਾਲਸਾਣ ਦੇ ਸਬੰਧ ਚ ਹੀ ਸੋਚਦੇ ਕਿ ਕਿਤੇ ਵੀ ਜਾਵ ਲੈਣੇ ਆ ਉਹ ਕਹਿੰਦੇ ਸੀ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਪਣਾ ਕੋਈ ਬੰਦਾ ਹੈ ਨਹੀਂਗਾ ਤੇ ਵੀ ਆਪ ਇਲੈਕਸ਼ਨ ਲੜਗੇ ਤੇ ਫਿਰ ਆਪਣੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਜ਼ਿਆਦਾ ਦਿਗਾਈ ਦੇ ਵਿੱਚ ਹੱਲ ਕਰ ਸਕਦੇ ਵੀ ਜੇ ਬੰਦਾ ਆਇਆ ਹੀ ਹੋਣਾ ਤਾਂ ਉਹਦਾ ਕੀ ਐਕਸਪੀਰੀਅੰਸ ਕਿੱਥੋਂ ਹੋਊਗਾ ਜੇ ਆਊਗਾ ਕੰਮ ਕਰੂਗਾ ਸਹੀ ਏਰੀਆ ਦਾ ਐਕਸਪੀਰੀਅੰਸ ਹੋਊਗਾ ਖਬਰ ਪੜੀ ਸੀ ਕਿ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉਹ ਤੁਹਾਡੇ ਜਤਨਾ ਨਾ ਹੋਇਆ ਪਰ ਮੈਨੂੰ ਇੱਕ ਜ਼ਰੂਰ ਹੈਗਾ ਤੇ ਸਿੱਖ ਇੰਨੇ ਮਸ਼ਹੂਰ ਸਿੱਖ ਤੇ ਆਲੂ ਹਰ ਇੱਕ ਜਗ੍ਹਾ ਪਾਏ ਜਾਂਦੇ ਉਹ ਕਹਿੰਦਾ ਵੀ ਤੇਰੀ ਗੱਲ ਸੱਚੀ ਹੁੰਦੀ ਲੱਗਦੀ ਕਿਉਂ ਕਹਿੰਦਾ ਜਿਹੜਾ ਟੈਕਸੀ ਡਰਾਈਵਰ ਸੀਗਾ ਮੈਨੂੰ ਛੱਡ ਕੇ ਗਿਆ ਉਹ ਵੀ ਸਰਦਾਰ ਸੀ ਤੇ ਉਹ ਕਹਿੰਦੀ ਸੀ ਨਾ ਤੁਹਾਡਾ ਬੰਦਾ ਬਾਹਰ ਤਾ ਗਿਆ ਭੱਗ ਦੇ ਨਾਲ ਤੈਨੂੰ ਪਾਰਲੀਮੈਂਟ ਤੇ ਨਹੀਂ ਬੈਠਣ ਦੇਣਾ ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਅੱਜ ਕਰੰਟੋ ਤੋਂ ਤੁਹਾਡੇ ਨਾਲ ਸੰਜਣਾ ਪੁਣਾ। ਕਈ ਦਿਨਾਂ ਦਾ ਮੈਂ ਇੱਥੇ ਆਂ ਪਰ ਇੱਥੋਂ ਜਿਹੜੀਆਂ ਸਾਂਝਾਂ ਜਿਹੜੀਆਂ ਸਥਾਪਤੀਆਂ ਨੇ ਉਹਨਾਂ ਦਾ ਜ਼ਿਕਰ ਕਰੂੰਗਾ। ਕਿਹਾ ਜਾਂਦਾ ਕਿ ਕਿਸੇ ਬੰਦੇ ਦੀ شناخت ਕਿਸੇ ਦੀ ਪਹਿਚਾਣ ਦਸਤਾਰ ਰਫਤਾਰ ਤੇ ਗੁਫ਼ਤਾਰਨਾ ਹੁੰਦੀ ਹੈ। ਦਸਤਾਰ ਦਾ ਮਤਲਬ ਅਸੀਂ ਸਾਰੇ ਜਾਣਦੇ ਆ ਕਿ ਪੱਗ ਰਫਤਾਰ ਉਹਦਾ ਤੌਰ ਤਰੀਕਾ ਤੁਰਨ ਫਿਰਨ ਕਿ ਤੁਰਦਾ ਕਿਵੇਂ ਆ ਕੀ ਆ ਉਹਦੇ ਸੁਭਾਅ ਦੇ ਵਿੱਚ। ਤੇ ਗੋftar ਉਹਦਾ ਗੱਲ ਕਰਨ ਦਾ ਟੰਗਾ ਪਰ ਜੇ ਕੋਈ ਪੱਗ ਪਾਰਲੀਮੈਂਟ ਚ ਪਹੁੰਚਦੀ ਹੈ ਤੇ ਉਹ ਪੱਗ ਸਮੁੱਚੇ ਪੰਜਾਬੀਆਂ ਦਾ ਦੁਨੀਆ ਚ ਨਾ ਉੱਚਾ ਕਰਦੀ ਹੈ ਤਾਂ ਉਸ ਪੱਗ ਨੂੰ ਗੁਰਵਖ ਸਿੰਘ ਮੱਲੀ ਕਿਹਾ ਜਾ ਸਕਦਾ ਹੈ ਇਹ ਉਹ ਸ਼ਖਸੀਅਤ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਕਈ ਵਾਰ ਗਏ ਕਈ ਅਹੁਦਿਆਂ ਤੇ ਕੰਮ ਕੀਤਾ ਪਰ ਸਭ ਤੋਂ ਵਧੀਆ ਜੋ ਕੰਮ ਕੀਤਾ ਉਹ ਸੀ ਪੰਜਾਬੀਆਂ ਦੀ ਪੱਗ ਉੱਚੀ ਕਰਨ ਦਾ ਕੰਮ ਅੱਜ ਸਰਦਾਰ ਗੁਰਵਖ ਸਿੰਘ ਮੱਲੀ ਹੋਰਾਂ ਦੇ ਘਰ ਆ ਉਹਨਾਂ ਦੇ ਨਾਲ ਸਾਂਝ ਪਾ ਰਹੇ ਆ ਜਾਣਦੇ ਆ ਕਿ ਕਿਵੇਂ-ਕਿਵੇਂ ਇਸ ਸ਼ਖਸੀਅਤ ਨੇ ਸਾਡੀ ਪੱਗ ਨੂੰ ਸਾਡੀ ਅਣਖ ਨੂੰ ਸਾਡੀ ਪਹਿਚਾਨ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਸਿੱਧੀ ਦਿੱਤੀ ਮੱਲੀ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਪ੍ਰੀਵੀ ਕੌਂਸਲ ਦੇ ਮੈਂਬਰ ਹੋ ਤੇ ਮੇਰੇ ਹੱਥ ਦੇ ਵਿੱਚ ਇਹ ਕਾਰਡ ਹੈ ਦਾ ਔਨਰੇਬਲ ਗੁਰਵਖ ਸਿੰਘ ਮੱਲੀ ਤੇ ਸਭ ਤੋਂ ਪਹਿਲਾਂ ਜਿਵੇਂ ਬਹੁਤ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਿਆਸਤ ਤੇ ਮੋਗਾ ਮੋਗਾ ਦੇ ਬਾਰੇ ਅਕਸਰ ਕਿਹਾ ਜਾਂਦਾ ਛੋਡੇ ਜ਼ਿਲ੍ਹੇ ਦੇ ਬਾਰੇ ਕਿ ਮੋਗਾ ਚਾਹ ਜੋਗਾ ਤੇ ਮੋਗਾ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੜਾ ਗੁੰਜਿਆ ਤੇ ਮੈਨੂੰ ਤਾਂ ਮਲੇਰ ਸਾਹਿਬ ਅੱਜ ਆ ਕੇ ਪਤਾ ਲੱਗਿਆ ਕਿ ਤੁਸੀਂ ਤਾਂ ਫਤਿਹਗੜ ਕੋਰਟਾਨਾ ਦੇ ਹੈਗੇ ਹੋ ਉੱਥੋਂ ਫਿਰ ਇੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ ਕਦੋਂ ਚੇਤੇ ਚਾਇਆ ਉੱਤੇ ਪਿੰਡ ਰਹਿੰਦੇ ਹੁੰਦੇ ਕਿ ਕੈਨੇਡਾ ਵੀ ਮੁਲਕ ਆ ਭਾਈ ਇੱਥੇ ਪਹੁੰਚੀਏ ਫਤਿਹਗੜ ਕੋਰਟਾਨਾ ਨੇ ਫਤਿਹਗੜ ਕੋਰਟਾਨਾ ਦੇ ਲੱਗ ਚੁਗਾ ਕਲਾ ਪੈਣਾ ਮੇਰਾ ਅੱਛਾ ਫਤਿਹਗੜ ਕੋਰਟਾਨਾ ਤੋਂ ਸਗਰਬਨ 1.5-2 ਕਿਲੋਮੀਟਰ ਦੀ ਦੂਰੀ ਤੇ 2 ਕਿਲੋਮੀਟਰ ਤੇ ਇਹ ਪੈਂਦਾ ਪਹਿਲਾਂ ਤਾਂ ਇਹ ਪੈਂਦਾ ਸੀਗਾ ਤਹਿਸੀਲ ਜੀਰਾ ਦੇ ਵਿੱਚ ਜੀ ਤੇ ਜ਼ਿਲ੍ਹਾ ਫਿਰੋਜ਼ਪੁਰ ਸੀ ਲੇਕਿਨ ਜਦੋਂ ਮੈਂ ਬਣਿਆ ਇਥੋਂ ਮੈਂਬਰ ਪਾਰਲੀਮੈਂਟ ਉਸ ਤੋਂ ਬਾਅਦ ਆਪਣੇ ਸੀ ਮინისტრ ਜਿਹੜੇ ਸੀ ਪੰਜਾਬ ਦੇ ਸਰਦਾਰ ਹਰਚਾਨ ਸਿੰਘ ਬਰਾੜ ਹੁੰਦੇ ਸੀ ਦੋ ਜ਼ਿਲ੍ਹੇ ਬਣਾਏ ਜੋ ਉਹਨਾਂ ਨੇ ਹਾਂ ਹਾਂ ਤੇ ਉਹ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ ਤੇ ਚੰਡੀਗੜ੍ਹ ਉਹਨਾਂ ਦਾ ਸੈਕਟਰੀ ਸੀ ਮੁੰਡਾ ਗगन ਤੇ ਉਹ ਗਗਨ ਨੂੰ ਸੱਦਿਆ ਉਹਨਾਂ ਨੇ ਕਹਿੰਦੇ ਵੀ ਗੱਲ ਸੁਣ ਲੈ ਇੱਕ ਦਿਨ ਮੈਂ ਪੂਰਾ ਹੀ ਮਲੇਸਾ ਉਹਨੂੰ ਦੰਨਾ ਜਿੱਥੇ-ਜਿੱਥੇ ਵੀ ਇਹਨੇ ਮੈਨੂੰ ਲੈ ਜਾਣਾ ਮੈਂ ਨਾਲ ਜਾਊਂ ਸਾਰਾ ਜੋ ਕੁਝ ਵੀ ਇਹਨਾਂ ਦਾ ਕੰਮ ਹੈ ਮੈਂ ਕਰੂੰਗਾ ਜੀ ਤੋਂ ਫਿਰ ਜਦੋਂ ਮੈਂ ਗਿਆ ਉੱਥੇ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਾਡੇ ਪਿੰਡ ਦੇ ਲੋਕ ਸੀਗੇ ਜਿਹੜੇ ਉਹ ਇੱਕ ਬੁੱਤ ਬਣਾਇਆ ਹੋਇਆ ਸੀ ਬਾਬਾ ਨਿਧਾਨ ਸਿੰਘ ਚੁੱਗਾ ਦਾ ਜੀ ਉਹ ਕੋਈ ਗੌਰ ਨਹੀਂ ਸੀ ਕਰ ਰਿਆ ਤੇ ਦੋ ਫੇਰ ਦੋ ਬੁੱਤ ਉਹਨਾਂ ਨੇ ਬਣਾ ਲੇ ਉਹ ਫਿਰ ਜਿਸ ਦਿਨ ਉਦੋਂ ਮੈਂ ਹੀ ਗਏ ਆ ਤੇ ਉੱਥੇ ਇੱਕ ਬੁੱਤ ਹਜੇ ਵੀ ਜਿਹੜਾ ਲੰਡੇ ਕੇ ਤੋਂ ਅੰਬਰਸਰ ਨੂੰ ਚੜਕਮੋੜ ਦੀ ਘਾਰ ਮੇ ਪੇਚੌਂਕ ਆ ਉੱਤੇ ਲੱਗਾ ਹੋਇਆ ਤੇ ਦੂਸਰਾ ਜਿਹੜਾ ਹੈਗਾ ਕੋਟੀ ਸੇਖਾਂ ਲੱਗਾ ਤੇ ਉਹਨਾਂ ਟਾਈਮਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਕੋਟੀ ਸੇਖਾਂ ਨਹੀਂ ਪੱਥਰ ਰੱਖ ਰਹੇ ਸੀ ਬਾਬਾ ਨਿਹਾਲ ਸਿੰਘ ਦਾ ਜਿਹੜਾ ਬੁੱਤ ਸੀ ਤੇ ਮੈਂ ਬਰਾੜ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਬਰਾੜ ਸਾਹਿਬ ਜੇ ਤੋਂ ਤੁਹਾਡਾ ਜੇ ਕਰ ਸਕਦੇ ਆ ਤੁਸੀਂ ਤਾਂ ਜਿਹੜਾ ਸਾਡਾ ਪਿੰਡ ਹੈ ਜਿਹੜਾ ਇਹ ਮੋਗੇ ਤੋਂ 5 ਕਿਲੋਮੀਟਰ ਹੈ ਤੇ ਫਿਰੋਜ਼ਪੁਰ ਤੋਂ ਬਹੁਤ ਦੂਰ ਪੈ ਜਾਂਦਾ ਤੇ ਜੇ ਜਦਾ ਜਦੋਂ ਤੁਸੀਂ ਬਣਾਓ ਤਾਂ ਜਿਹੜੇ ਪਿੰਡ ਹੈ ਮੋਗੇ ਜ਼ਿਲ੍ਹੇ 'ਚ ਕਰ ਦਿਓ ਤੁਸੀਂ ਤੇ ਉਦੋਂ ਫਿਰ ਇਹਨਾਂ ਨੇ ਕਹਿ ਵੀ ਇਹ ਜ਼ਰੂਰ ਤੇ ਰਾਜ ਨੂੰ ਤੁਹਾਡੀ ਪਲਾਨਿੰਗ ਮੋਗਾ ਜ਼ਿਲ੍ਹੇ ਦੀ ਹੋਈ ਜੀ ਜਰੂਰ ਇਹਨਾਂ ਪਿੰਡਾਂ ਨੂੰ ਇੱਧਰ ਤਬਦੀਲ ਕਰਾਂਗੇ ਤੁੜਾ ਕੈਨੇਡਾ ਹੋਂ ਦਾ ਸਵੱਬਾ ਕਿਵੇਂ ਬਣਿਆ ਮੈਂ 1975 ਦੇ ਵਿੱਚ ਮਤਲਬ ਮੇਰੀ ਸ਼ਾਦੀ ਹੋਈ ਮਾਰਚ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਸ਼ਾਦੀ ਕਰਵਾ ਕੇ ਉੱਥੇ ਇਤੋਂ ਗਈ ਸੀ ਵਾਈਪੁੱਤ ਫੇਰ ਮ ਆਵਾਈ ਤੇ ਮਲੇਸਾਵ ਰਾਜਨੀਤੀ ਦੇ ਨਾਲ ਪਰਿਵਾਰ ਦਾ ਉੱਥੇ ਕੋਈ ਸੰਬੰਧ ਸੀਗਾ ਕੋਈ ਪੰਚਾਇਤ ਮੈਂਬਰ ਕੋਈ ਸਰਪੰਚ ਫੈਮਲੀ ਚ ਹੋਵੇ ਵੈਸੇ ਜਿਹੜੀ ਰਾਜਨੀਤੀ ਦਾ ਇਸ ਤਰ੍ਹਾਂ ਸੀ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਮੇਰੀ ਮਦਰ ਸੀ ਸਿੰਗਲ ਮਦਰ ਸੀ ਕਿਉਂਕਿ ਫਾਦਰ ਦੀ ਡੈਥ ਹੋ ਗਈ ਸੀ ਤੋਂ ਫਿਰ ਸਾਡੇ ਜਮੀਨ ਵੀ ਚੰਗੀ ਸੀ ਠੀਕ ਤੇ ਜਦੋਂ ਵੀ ਕੋਈ ਮੈਂਬਰ ਪੰਚਾਇਤ ਜਾਂ ਕੋਈ ਸਰਪੰਚ ਵਾਸਤੇ ਖੜਦਾ ਸੀਗਾ ਤੋਂ ਮਦਰ ਤੋਂ سپورਟ ਲੈਣ ਵਾਸਤੇ ਸਲਾਹ ਲੈਣ ਵਾਸਤੇ ਆਉਂਦੇ ਸੀ ਤੇ ਅਸੀਂ ਵੀ ਸੁਣਦੇ ਰਹਿਣਾ ਫਿਰ ਜਦੋਂ ਇਲੈਕਸ਼ਨ ਹੋਣਾ ਉਹ ਉਹ ਵੀ ਜਦੋਂ ਕਰਦੇ ਸੀ ਮਦਦ ਇਹ ਨਹੀਂ ਵੀ ਵਿੱਚ ਵਿਚਾਲੇ ਰੱਖਦੇ ਸੀ ਇੱਕ ਪਾਸੇ ਦੀ ਕਰ ਕਰਦੇ ਸੀ ਮਾਹੀ ਕਦੇ ਉਦੋਂ ਜੀਜਾ ਨਹੀਂ ਕੀਤਾ ਸੀ ਸਰਪੰਚ ਖੜੇ ਹੋਈਏ ਨਹੀਂ ਤੇ ਉਦੋਂ ਪੜਦੇ ਸੀ ਹਾਂ ਤੇ ਉਹ ਫਿਰ ਉਹ ਸਰਪੰਚ ਦੀ ਮਤ ਪਰ ਲੇਕਨ ਜਦੋਂ ਇਲੈਕਸ਼ਨ ਹੁੰਦਾ ਹੀ ਜੇ ਉਸ ਦਿਨ ਉਦੋਂ ਉਹ ਮੂਰੇ ਪਰਚੀਆਂ ਕੱਢਦੇ ਹੁੰਦੇ ਬਹਿ ਕੇ ਇੱਕ ਪਾਰਟੀ ਦੀ ਉਹਤੇ ਵੀ ਅਸੀਂ ਹਾਂ ਮੂਰਾ ਹੀ ਲਾਉਣ ਵਾਲਾ ਕੰਮ ਹੁੰਦਾ ਸੀ ਉੱਥੇ ਵੀ ਹਲਪਲ ਕਰਦੇ ਰਹੇ ਉੱਥੇ ਵੀ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਕਾਲਜ ਦੇ ਵਿੱਚ ਵੀ ਸਾਡੇ ਪਰਮੋਗੇ ਜਿਆਦਾ ਚਿਕਾਓ ਸੀ ਜੀ ਤੇ ਪਿੰਡ ਦੇ ਸਾਡੇ ਹਲਕੇ ਦੇ ਉਸ ਟਾਈਮ ਸੀਗੇ ਸੂਰਜ ਸਿੰਘ ਬਾਸੀ ਉਹ ਮਨਿਸਟਰ ਇਰੀਗੇਸ਼ਨ ਵੀ ਰਹੇ ਤੇ ਉਦਾਂ ਵੀ ਐਮਪੀ ਵੀ ਰਹੇ ਅਤੇ ਐਮਐਲਏ ਵੀ ਰਹੇ ਉਹਨਾਂ ਦੀ ਵੀ ਹੈਲਪ ਸਟੂਡੈਂਟ ਦੇ ਤੌਰ ਤੇ ਸਟੂਡੈਂਟ ਸਾਰੇ ਇਕੱਠੇ ਕਰਕੇ ਲੈ ਜਾਣੇ ਫੇਰ ਮੋਗੇ ਵੀ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਨਾਲ ਵੀ ਪਾਰਟੀ ਕੋਈ ਨਹੀਂ ਸੀ ਵੀ ਅਕਾਲੀ ਦਾ ਉਹਨਾਂ ਸਟੂਡੈਂਟ ਵੀ ਬਹੁਤ ਸਰਗਰਮ ਹੁੰਦੇ ਸੀ ਪੀਐਸਯੂ ਵਗੈਰਾ ਵਾਰੀਆਂ ਦੇ ਤਰ੍ਹਾਂ ਸਟੂਡੈਂਟ ਯਾ ਕਾਲਜ ਦੇ ਸਟੂਡੈਂਟ ਬਹੁਤ ਸਰਗਰਮ ਹੁੰਦੇ ਸੀ ਤੇ ਬੜੀ ਮਿਹਨਤ ਤੇ ਲਗਨ ਦੇ ਨਾਲ ਉਹ ਕੰਮ ਕਰਦੇ ਸੀ ਨਾਲੇ ਉਦੋਂ ਇਹ ਸੀ ਨਸ਼ੇ ਵਗੈਰਾ ਤਾਂ ਨਹੀਂ ਸੀ ਹੁੰਦੇ ਇੱਧਰ ਹੀ ਬੰਦੇ ਲਾਗੇ ਜਿੱਧਰ ਨੂੰ ਲਾਗੇ ਆਪਣੇ ਉਸ ਵਕਤ ਦੇ ਸਟੂਡੈਂਟ ਜਿਹੜੇ ਆ ਐਗਰੀਕਲਚਰ ਯੂਨੀਵਰਸਿਟੀ ਦੇ ਸੀ ਜਾਂ ਪੰਜਾਬ ਯੂਨੀਵਰਸਿਟੀ ਦੇ ਸੀ ਉਹ ਇਸ ਤਰ੍ਹਾਂ ਦੇ ਮਤਲਬ ਗਤੀਵਿਧੀਆਂ ਚ ਬਹੁਤ ਪਾਰਟਿਸਪੇਸ਼ਨ ਕਰਦੇ ਆ ਸਟੂਡੈਂਟ ਯੂਨੀਅਨ ਉਹਦਾ ਕੋਈ ਪ੍ਰੋਟੈਸਟ ਕਰਨਾ ਜਾਂ ਕੋਈ ਹੋਰ ਇਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਮਦਦ ਕਰਨੀ ਉਹ ਇਕੱਠੇ ਸਾਰੇ ਮਦਦ ਕਰਦੇ ਸੀ ਮੱਲੀ ਗੁਰਬਖਸ਼ ਸਿੰਘ ਮੱਲੀ ਤੋਂ ਦਾ ਆਨਰੇਬਲ ਗੁਰਬਖਸ਼ ਸਿੰਘ ਮੱਲੀ ਬੰਦ ਤੱਕ ਦਾ ਸਫ਼ਰ ਕਿੰਨਾ ਕੌਖਾ ਸੀ ਕਿੰਨੀ ਕਿਸ ਤਰ੍ਹਾਂ ਦਾ ਟਰਗਲ ਰਹੀ ਵੈਸੇ ਪਹਿਲਾਂ ਜਦੋਂ ਮੈਂ ਆਇਆ ਕੈਨੇਡਾ ਦੇ ਵਿੱਚ 1975 ਦੇ ਵਿੱਚ ਉਸ ਵਕਤ ਇੱਥੇ ਆ ਕੇ ਕਿਉਂਕਿ ਇੱਕ ਤਾਂ ਆਪਣੇ ਲੋਕ ਵੀ ਘੱਟ ਸੀ ਜੀ ਦੂਸਰੀ ਗੱਲ ਕਾਫੀ ਟਾਈਟ ਸੀ ਉਹ ਮੰਗਦੇ ਸੀ ਕੋਈ ਬੰਦਾ ਆਉਂਦਾ ਸੀ ਉਹਨੂੰ ਕਹਿੰਦੇ ਸੀ ਜੇ ਜਾਬ ਛੋਟੀ ਜਾਬ ਵੀ ਲੈਣੀ ਜਾਏ ਫੈਕਟਰੀ ਦੇ ਵਿੱਚ ਵੀ ਜਾਂ ਕਿਤੇ ਵੀ ਜਾਬ ਲੈਣੀ ਆ ਉਹ ਕਹਿੰਦੇ ਸੀ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਤੇ ਕਈ ਵਾਰੀ ਮਨਚ ਸਵਾਲ ਪੈਦਾ ਹੁੰਦਾ ਸੀ ਕਿ ਜੇ ਬੰਦਾ ਆਇਆ ਹੀ ਹੋਣਾ ਤਾਂ ਉਹਦਾ ਕੈਨੇਡੀਅਨ ਐਕਸਪੀਰੀਅੰਸ ਕਿੱਥੋਂ ਹੋਊਗਾ ਜੇ ਆਊਗਾ ਕੰਮ ਕਰੂਗਾ ਸਹੀ ਫੇਰ ਹੀ ਉਹਦਾ ਐਕਸਪੀਰੀਅੰਸ ਹੋਊਗਾ ਤੇ ਇਸ ਕਰਕੇ ਕਾਫੀ ਦਿੱਕਤ ਸੀ ਯਾਨੀ ਆਮ ਜਿਹੜੀ ਸਧਾਰਨ ਜਾਬ ਲੈਣ ਦੇ ਵਿੱਚ ਵੀ ਬੜੀ ਦਿੱਕਤ ਆਉਂਦੀ ਸੀ ਇੱਕ ਜਾਬ ਦੀ ਜਿਹੜੀ ਹਲਾਤ ਸੀ ਉਦੋਂ ਦਾ ਮੌਕਾ ਸੀ ਕਾਫੀ ਟਾਈਟ ਸੀ ਜਾਬ ਉਹ ਉਸ ਵਕਤ ਮੇਰੇ ਖਾਲ ਦੋ ਡਾਲਰ ਕੋਸੈਂਟ ਜਾਂ 3 ਡਾਲਰ ਵੱਧ ਤੋਂ ਵੱਧ ਦਿੰਦੇ ਸੀ ਘੰਟੇ ਦੇ ਕਾਫੀ ਜਾਬ ਲੱਭਣੀ ਮੁਸ਼ਕਲ ਸੀਗੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਕਰਕੇ ਕਾਫੀ ਟਫ ਲਾਈਫ ਸੀਗੀ ਕਿਉਂਕਿ ਕੋਈ ਵੀ ਵਿਅਕਤੀ ਜਹਾਉਂਦਾ ਸੀ ਉਹਨੂੰ ਆਰਟ ਜੌਬਸ ਕਰਨੀਆਂ ਪੈਂਦੀਆਂ ਸੀ ਜਿਹੜੀ ਉਹਦੀ ਐਜੂਕੇਸ਼ਨ ਸੀ ਉਹਦੇ ਮਤਲਬ ਕੋ ਨੂੰ ਨੌਕਰੀ ਨਹੀਂ ਸੀ ਮਿਲਦੀ ਜੀ ਤੁਸੀਂ ਫਿਰ ਪੋਲੀਟੀਕਲ ਕੈਰੀਅਰ ਨੂੰ ਕਿਵੇਂ ਚੁਣ ਲਿਆ ਮੈਂ ਜਿਸ ਤਰ੍ਹਾਂ ਤੁਹਾਨੂੰ ਜ਼ਿਕਰ ਕੀਤਾ ਕਿ ਪਹਿਲਾਂ ਥੋੜਾ ਬੋਲਾ ਸ਼ੌਂਕ ਸੀਗਾ ਉੱਥੇ ਜੀ ਜੀ ਆਪਣੇ ਪੰਜਾਬ ਦੇ ਵਿੱਚ ਹੀ ਫੇਰ ਇੱਥੇ ਆ ਕੇ ਜਦੋਂ ਆ ਗਿਆ ਫੇਰ ਮੈਂ ਜਿਹੜੇ ਇਥੋਂ ਪ੍ਰੋਵਿੰਸ਼ਲ ਇਲੈਕਸ਼ਨ ਹੁੰਦੇ ਸੀ ਜਾਂ ਮਿਊਨਿਸਪੈਲਟੀ ਦੇ ਇਲੈਕਸ਼ਨ ਹੁੰਦੇ ਸੀ ਉਹਨਾਂ ਚ ਹੀ ਫਿਰ ਮੈਂ ਇੱਥੇ ਹੈਲਪਫ ਕਰਾਉਣ ਲੱਗ ਪਿਆ ਫਿਰ ਉਸ ਤੋਂ ਬਾਅਦ ਮੈਂ ਆਖਿਆ ਵੀ ਕਿੰਨੀ ਕੁ ਦੇਰ ਹੈਲਪ ਕਰਾਉਂਦੇ ਕਰਾਉਂਦੇ ਰਵਾਂਗੇ ਆਪਣੇ ਲੋਕਾਂ ਕਰਦੇ ਮੈਂ ਆਖਿਆ ਵੀ ਆਪਣਾ ਕੋਈ ਬੰਦਾ ਹੈ ਨਹੀਂਗਾ ਤੇ ਵੀ ਆਪ ਇਲੈਕਸ਼ਨ ਲੜੀਏ ਤੇ ਫਿਰ ਆਪਣੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਜ਼ਿਆਦਾ ਨਿਗਹਿਾਈ ਦੇ ਵਿੱਚ ਹੱਲ ਕਰ ਸਕਦੇ ਆ ਤੇ ਨਹੀਂ ਤਾਂ ਜਿੰਨੀ ਜੇ ਅਸੀਂ ਕਿ ਮਤ ਬੰਦੇ ਦੀ ਮਦਦ ਕਰਦੇ ਆ ਉਹ ਕੁਛ ਥੋੜੇ ਥੋੜੇ ਬਾਰੇ ਕੰਮ ਥੋੜੇ ਕਰ ਦੂਗਾ ਤੁਹਾਨੂੰ ਖੁਸ਼ ਰੱਖਣ ਦੀ ਖਾਤਰ ਨਹੀਂ ਤਾਂ ਜਿਹੜੇ ਆਮ ਆਪਣੇ ਭਾਈਚਾਰੇ ਦੇ ਕੰਸਰਨ ਆ ਉਹਨਾਂ ਨੂੰ ਨਿਗਹਿਾਈ ਤੱਕ ਨਹੀਂ ਜਾਂਦਾ ਉਹਨਾਂ 'ਚ ਇੰਨੀ ਉਹ ਸਹਿਤਾਨੇ ਕਰਦਾ ਸਿਰਫ ਆਪਣੀ ਜਿਹੜੀ ਹੈ ਸਾਲ ਮਿਲ ਰੱਖਣ ਵਾਸਤੇ ਆਪਣੇ ਉਹ ਹੈਲਪ ਕਰ ਦਿੰਦੇ ਫਰਸਟ ਟਾਈਮ ਨੋਮੀਨੇਸ਼ਨ ਸੋਕੀ ਹੋ ਗਈ ਸੀ ਤੁਹਾਡੀ ਨਹੀਂ ਜੀ ਪਹਿਲੀ ਨੋਮੀਨੇਸ਼ਨ 1992 ਦੇ ਵਿੱਚ ਸਾਡੀ ਹੋਈ ਸੀਗੀ ਤੇ ਬਹੁਤ ਟਫ ਨੋਮੀਨੇਸ਼ਨ ਸੀ ਇੱਕ ਹਿਸਟਰੀ ਸੀ ਕੈਨੇਡਾ ਦੇ ਵਿੱਚ ਇਸ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਚ ਵੀ ਕੋਈ ਵੀ ਜਿਹੀ ਨੋਮੀਨੇਸ਼ਨ ਨਹੀਂ ਹੋਈ ਜਿੱਥੇ तकरीबन 17-18000 ਮੈਂਬਰ ਸੀਗੇ ਤੇ ਵੱਡੀ ਗਿਣਤੀ ਚ ਵਲੰਟੀਅਰ ਜਿਹੜੇ ਸੀ ਇਤਿਹਾਸ 에어ਪੋਰਟ ਤੇ ਇੰਟਰਨੈਸ਼ਨਲ ਸੈਂਟਰ ਹੈ ਬਹੁਤ ਵੱਡਾ ਉਹ ਸਾਰੇ ਖੁੱਲੇ ਹੋਇਆ ਸੀ ਉਦੋਂ ਸੋ ਬਹੁਤ ਵੱਡੀ ਚਾਰ ਕੈਂਡੀਡੇਟ ਸੀ ਬਹੁਤ ਸਟਰਗਲ ਕਰਨੇ ਪਏ ਲੋਕਾਂ ਦੇ ਨਾਲ ਡੋਰ ਟੂ ਡੋਰ ਜਾਣਾ ਪਿਆ ਲੋਕਾਂ ਕੋਲ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਇਹ ਲੋਕਾਂ ਚ ਤੁਹਾਡਾ ਨਾਮ ਬਣੇ ਔਰ ਲੋਕਾਂ ਨੂੰ ਪਤਾ ਲੱਗ ਸਕੇ ਤੁਹਾਡੇ ਬਾਰੇ ਤੁਹਾਡੀ ਇਮਾਨਦਾਰੀ ਬਾਰੇ ਤੁਹਾਡੇ ਡੈਡੀਕੇਸ਼ਨ ਬਾਰੇ ਬਾ ਇਸ ਕਰਕੇ ਬਹੁਤ ਮਤਲਬ ਮੁਸ਼ਕਲ ਸੀ ਯਾ ਕਾਫੀ ਟਾਪ ਟਾਪ ਸੀਗੀ ਲੇਕਿਨ ਮੈਂ ਜਦੋਂ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਮੈਂ ਕਿਹਾ ਵੀ ਪਰਮਾਤਮਾ ਜੀ ਸੇਵਾ ਦਾ ਮੌਕਾ ਦੇਣਾ ਤੇ ਇਹ ਨਹੀਂ ਹੈ ਸੇਵਾ ਮਨ ਲਾ ਕੇ ਕਰਾਂਗੇ ਤੇ ਇਹਨਾਂ ਵੀ ਕੋਈ ਊਣਤਾ ਹੀ ਨਹੀਂ ਆਉਣ ਦਿੰਦੇ ਤੇ ਨਾ ਕੋਈ ਬੇਈਮਾਨੀ ਹੀਰਾ ਫੇਰੀ ਜਿਹਦੇ ਨਾਲ ਆਪਣਾ ਨਾਮ ਹੀ ਬਦਨਾਮ ਹੋਵੇ ਤੇ ਭਾਈਚਾਰੇ ਦਾ ਨਾਮ ਹੀ ਬਦਨਾਮ ਹੋਵੇ ਉਹ ਨਹੀਂ ਆਉਂਦਾ ਫਿਰ ਕਦੋਂ ਇਲੈਕਟ ਹੋ ਗਏ ਤੁਸੀਂ ਫਸਟ ਟਾਈਮ 1992 ਦੇ ਵਿੱਚ ਮੈਂ ਦਸੰਬਰ ਦੇ ਵਿੱਚ ਆ ਮੇਰੇ ਖਿਆਲ 8 ਦਸੰਬਰ ਦੀ ਗੱਲ ਆ 1992 ਦੇ ਵਿੱਚ ਮੈਂ ਨਾਮਿਨੇਸ਼ਨ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਨਾਮਿਨੇਸ਼ਨ ਤੋਂ ਬਾਅਦ ਫਿਰ 93 ਦੇ ਵਿੱਚ ਇਲੈਕਸ਼ਨ ਹੋਈ 1 ਸਾਲ ਦਾ ਅਕਤੂਬਰ ਦੇ ਵਿੱਚ ਕਿਉਂਕਿ ਨਾਮਿਨੇਸ਼ਨ ਦੇ ਵਿੱਚ ਤੋਂ ਬਾਅਦ ਇਲੈਕਸ਼ਨ ਹੋਈ ਇਲੈਕਸ਼ਨ ਦੇ ਵਿੱਚ ਫਿਰ ਮੈਂ ਜਨਰਲ ਇਲੈਕਸ਼ਨ ਜਿਹੜੀ ਸੀ ਜੀ 1993 ਚ 26 ਅਕਤੂਬਰ 25 ਜੀ ਉਦੋਂ ਪਹਿਲੀ ਵਾਰ ਫਿਰ ਮੈਂ ਆਪਣਾ ਜਿਹੜਾ ਇਲੈਕਸ਼ਨ ਲੜੀ ਤੇ ਪਹਿਲੀ ਵਾਰੀ ਕਿਉਂਕਿ ਆਪਣਾ ਕੋਈ ਬੰਦਾ ਹੈ ਨਹੀਂ ਸੀਗਾ ਕੋਈ ਨਾ ਤਾਂ ਪ੍ਰੋਵਿੰਸ਼ਲ ਸੀ ਨਾ ਫੈਡਰਲ ਦੇ ਵਿੱਚ ਸੀ ਤੇ ਨਾ ਹੀ ਮਿਊਨਿਸਪੈਲਟੀ ਸੀ ਅੰਟਾਰੀਓ ਦੇ ਖਾਸ ਤੌਰ ਤੇ ਉਹਦੇ ਕਰਕੇ ਫਿਰ ਪਹਿਲਾਂ ਆਪਣਾ ਕੁਝ ਪਬਲਿਕ ਦਾ ਜਿਹੜਾ ਲੋਕਾਂ ਦਾ ਪੰਜਾਬੀਆਂ ਦਾ ਰੈਪਿਊਟੇਸ਼ਨ ਵੀ ਇਸ ਤਰ੍ਹਾਂ ਦਾ ਸੀਗਾ ਕਿ ਗੁਰੂ ਘਰਾਂ 'ਚ ਲੜਾਈਆਂ ਵਗੈਰਾ ਬਾਤ ਹੁੰਦੀਆਂ ਸੀ ਤੇ ਜਿਹੜੇ ਦੂਜੇ ਸੀਗੇ ਲੋਕ ਗੋਰੇ ਕਾਲੇ ਜਾਂ ਹੋਰ ਲੋਕਾਂ ਉਹ ਸਾਂਝ ਦੇ ਸੀ ਕਿ ਇਹ ਲੋਕ ਜਿਹੜੇ ਆ ਗਏ ਇਹ ਲੜਾਈ ਝਗੜਾਈ ਕਰਦੇ ਆ ਜਾਂ ਹੋਰ ਬਾਕੀ ਇਹ ਪੰਜਾਬ ਦੇ ਸਬੰਧ 'ਚ ਹੀ ਸੋਚਦੇ ਵਾਲਾ ਜਾਂ ਖਾਲਸਾਣ ਦੇ ਸਬੰਧ 'ਚ ਸੋਚਦੇ ਉਹਨਾਂ ਦਾ ਇੰਪ੍ਰੈਸ਼ਨ ਕੁਝ ਇਸ ਤਰ੍ਹਾਂ ਦਾ ਸੀਗਾ ਸੋ ਬੜੀਆਂ ਡਿਫਿਕਲਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਦਰ ਟੂ ਡੋਰ ਜਾ ਜਾਂਦੇ ਸੀ ਜੀ ਤੇ ਉਹ ਕਈਆਂ ਨੇ ਕੁਐਸਚਨ ਕੀਤਾ ਜਿਵੇਂ ਬ੍ਰੇਮਲੀ ਦੇ ਵਿੱਚ ਹੀ ਗਿਆ ਉਹ ਕੰਨ ਦੇ ਮੈਂ ਡੋਰ ਨਾਲ ਕੀਤਾ ਉਹ ਲੇਡੀ ਵਾਈਟ ਸੀ ਕਹਿੰਦੀ ਵੀ ਯੂ ਆਰ ਗੋਇੰ ਟੂ ਟਾਕ ਅਬਾਊਟ ਹਿਅਰ ਅਬਾਊਟ ਅਮਰਸਰ ਯੂ ਆਰ ਗੋਇੰ ਟੂ ਟਾਕ ਅਬਾਊਟ ਖਾਲਸਤਾਨ ਯੂ ਆਰ ਗੋਇੰ ਟੂ ਟਾਕ ਅਬਾਊਟ ਯਰ ਪੀਪਲ ਮੈਂ ਕਹਿੰਦਾ ਮੈਂ ਨਹੀਂ ਮੈਂ ਆਪਣੇ ਸਾਰੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਕਰੂੰਗਾ ਓਕੇ ਤੇ ਉਹ ਨਹੀਂ ਮੰਨੀ ਉਹ ਕਹਿੰਦੀ ਗੋ ਬੈਕ ਟੂ ਯਰ ਕੰਟਰੀ ਮਾਡ ਅਨੇ ਕਾਫੀ ਜਿਹਨ ਇਨਸਾਲਟ ਕਿਸਮ ਦੀ ਹੋ ਗਈ ਤੇ ਚੰਗੀ ਤਰ੍ਹਾਂ ਰੀਸੀਵ ਨਹੀਂ ਕੀਤਾ ਫਿਰ ਮੈਂ ਜਦੋਂ ਤੀਜੇ ਚੌਥੇ ਘਰੇ ਗਿਆ ਤੀਜਾ ਕਰ ਸੀ ਉਹ ਜਨਾਨੀ ਨੇ ਵੀ ਗੱਲ ਕੀਤੀ ਉਹਨੇ ਵੀ ਸੇਮ ਹੀ ਕਹਿੰਦੀ ਯੂ ਆਰ ਨੋਟ ਗੋਇੰਗ ਟੂ ਰਿਪਰੈਜ਼ੈਂਟ ਅਸ ਤੇ ਮੈਂ ਗੱਲਾਂ ਸੁਣਦਾ ਰਿਹਾ ਉਹਦੀ ਮੈਂ ਕਿਹਾ ਵੀ ਹੁਣ ਤੂੰ ਗੱਲ ਖਤਮ ਕਰ ਲਈ ਮੈਂ ਗੱਲ ਕਰ ਸਕਦਾ ਕਹਿੰਦੀ ਠੀਕ ਹੈ ਇਸ ਤਰ੍ਹਾਂ ਇਹ ਲੋਕ ਚੰਗੇ ਉਹ ਕਹਿੰਦਾ ਇਹ ਤਾਂ ਗੱਲ ਕਰ ਸਕਦਾ ਮੈਂ ਗੱਲ ਸ਼ੁਰੂ ਕੀਤੀ ਮੈਂ ਕਿਹਾ ਵੀ ਕਿੰਨੀ ਦੇਰ ਹੋ ਗਈ ਤੈਨੂੰ ਇਸ ਘਰ ਦੇ ਵਿੱਚ ਰਹਿੰਦੀ ਨਹੀਂ ਕਹਿੰਦੀ ਵੀ ਮੈਨੂੰ 31 ਸਾਲ ਹੋ ਗਏ ਮੈਂ ਇੱਕ ਤੇ ਕੋਈ ਕੈਂਡੀਡੇਟ ਇੱਥੇ ਆਇਆ ਹੂੰ ਹੂੰ ਉਹ ਕਹਿੰਦੀ ਕੈਂਡੀਡੇਟ ਕਰਦੇ ਨੇ ਆ ਫਲੈਅਰ ਜ਼ਰੂਰ ਉਹ ਵੱਢ ਜਾਂਦੇ ਆ ਵੀ ਤੂੰ ਪਹਿਲਾ ਕੈਂਡੀਡੇਟ ਆ ਮੈਂ ਕਿਹਾ ਇਹ ਹੀ ਫਰਕ ਮੇਰੇ ਤੇ ਉਹਨਾਂ ਚ ਹੈ ਮੈਨੂੰ ਵੀ ਜੇ ਤੁਸੀਂ ਇਲੈਕਟ ਕਰਨਾ 4 ਸਾਲ ਵਾਸਤੇ ਕਰਨਾ ਇਹ 4 ਸਾਲ ਤੋਂ ਬਾਅਦ ਮੈਂ ਤੁਹਾਡੇ ਕੋਈ ਕੰਮ ਨਾ ਆਇਆ ਇਹ ਕਮਿਊਨਿਟੀ ਦੇ ਕੰਮ ਨਾ ਕੀਤੇ ਤੇ ਤੁਸੀਂ ਮੈਨੂੰ ਵੋਟ ਨਾ ਪਾਇਓ ਔਰ ਦੂਜੀ ਗੱਲ ਮੈਂ ਖੁਦ ਵੀ ਤੁਹਾਡੇ ਡੋਰ ਤੇ ਵੋਟ ਮੰਗਣੀ ਨਹੀਂ ਆਉਂਦਾਗਾ ਤੇ ਬੜੀ ਇੰਪ੍ਰੈਸ ਹੋਈ ਇਹ ਗੱਲ ਦੀ ਕਹਿੰਦੀ ਇਹ ਤੇਰੀ ਗੱਲ ਠੀਕ ਆ ਬਾਕੀ ਫਿਰ ਮੈਨੂੰ ਕਹਿੰਦੀ ਅੰਦਰ ਆ ਜਾ ਫਿਰ ਅੰਦਰ ਅਸੀਂ ਮੇਰੇ ਨਾਲ 25-30 ਮਿੰਟ ਗੱਲਾਂ ਕਰਦੇ ਰਹੇ ਉਹਨੇ ਅੰਮ੍ਰਿਤਸਰ ਬਾਰੇ ਵੀ ਗੱਲ ਕੀਤੀ ਹੋਰ ਵੀ ਸਾਰਾ ਸਾਰੀ ਮੈਨੂੰ ਕਲੀਅਰਿਫਿਕੇਸ਼ਨ ਦਿੱਤੀ ਫਿਰ ਉਹ ਕਹਿੰਦੀ ਵੀ ਠੀਕ ਆ ਤੇ ਮੈਂ ਪੱਕੀ ਵੋਟ ਤੈਨੂੰ ਪਾਉਂਗੀ ਇਹ ਮੈਂ ਕਿਵੇਂ ਸਾਈਨ ਵਗੈਰਾ ਕਿਉਂਕਿ ਪੁੱਛਣਾ ਪੈਂਦਾ ਘਰ ਦੇ ਮੁਰੂ ਸਾਈਨ ਲਾ ਸਕਦੇ ਆ ਉਹ ਕਹਿੰਦੀ ਜਰੂਰ ਲਾ ਜੋ ਸਾਈਨ ਫਿਰ ਤਿੰਨ ਚਾਰ ਦਿਨ ਬਾਅਦ ਜਿਹੜੀ ਜਿਹਨਾਂ ਨੇ ਕਹਿੰਦੀ ਸੀ ਵੀ ਗੋ ਬੈਕ ਟੂ ਯਰ ਕੰਟਰੀ ਉਹਦਾ ਵੀ ਫੋਨ ਆ ਗਿਆ ਉਹ ਕਹਿੰਦੀ ਮੇਰੀ ਫਰੈਂਡ ਸੀ ਉਹਨੇ ਦੱਸਿਆ ਇਹ ਬਹੁਤ ਚੰਗੇ ਵਿਚਾਰ ਬੰਦੇ ਦੇ ਕਹਿੰਦੀ ਮੈਂ ਵੀ ਤੈਨੂੰ ਵੋਟ ਪਾਵਾਂ ਤੇ ਮੈਂ ਮਾਫੀ ਵੀ ਮੰਗਦੀ ਆ ਜਿਹੜੇ ਲਫ਼ਜ਼ ਤੈਨੂੰ ਬੋਲੇ ਸੀ ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਆਪਣਾ ਉਹਦਾ ਕੋਈ ਬੰਦਾ ਚੁਣਿਆ ਹੋਇਆ ਨਹੀਂ ਸੀਗਾ ਤਿੰਨਵੀਂ ਗੱਲ ਸੀ ਇਸੇ ਤਰ੍ਹਾਂ ਮੈਂ ਬੈਲਮੋਰਲ ਤੇ ਜਾ ਰਿਹਾ ਸੀ ਤੇ ਬੈਲਮੋਰਲ ਤੇ ਜਦੋਂ ਮੈਂ ਡੋਰ ਨਾ ਕੀਤਾ ਤੇ 8:00 6:00 ਵਜੇ ਦੀ ਉਹਨੇ ਵੇਖਿਆ ਮਾਲਕ ਨੇ ਦੇਖ ਕੇ ਮੈਂ ਹੋਂਡੇ ਨੂੰ ਪਿੰਦੀ ਡੋਰ ਖੋਲਦੇ ਉਹਨੇ ਡੋਰ ਖੋਲਤਾ ਮੈਂ ਡੋਰ ਤੇ ਚਲਾ ਗਿਆ ਉਹ ਬੈਕ ਡੋਰ ਆ ਉਹਨੇ ਬੈਕ ਡੋਰ ਦਾ ਜਿਹੜਾ ਬੈਕਯਾਰਡ ਖੋਲਤਾ ਡੋਰ ਉਹ ਡੋਰ ਖੋਲ ਗਿਆ ਕੁੱਤਾ ਸੀ ਉਹਨਾਂ ਦਾ ਕਾਫੀ ਵੱਡਾ ਉਹ ਕੁੱਤਾ ਛੜਤਾ ਉਹਨੇ ਉਹ ਕੁੱਤਾ ਆ ਗਿਆ ਬਾਹਰ ਤੇ ਕੁੱਤੇ ਨੇ ਉੱਥੇ ਮੈਨੂੰ ਸੈਟ ਲਿਆ ਅੱਛਾ ਜਦੋਂ ਮੈਂ ਤੇ ਉਹ ਫਿਰ ਲੋਕਾਂ ਨੇ ਦੇਖਿਆ ਤੇ ਚੜਾਇਆ ਛੁੜੂਆ ਉਹ ਮੇਰੇ ਸਮਝ ਇਥੇ ਕੱਟ ਵੀ ਕੀਤਾ ਆਪਣੇ ਇਥੇ ਹੂੰ ਹੂੰ ਗਿੱਟੇ ਤੇ ਤੇ ਉਹ ਮੈਨੂੰ ਤਿੰਨ ਚਾਰ ਦਿਨ ਮੈਂ ਡੋਰ ਟੂ ਡੋਰ ਨਹੀਂ ਗਿਆ ਉਹਨੇ ਉਹਦੇ ਕਰਕੇ ਸੋ ਇਸ ਤਰ੍ਹਾਂ ਫੇਰ ਇੱਕ ਦਿਨ ਫੇਰ ਕਿਉਂਕਿ ਬਹੁਤ ਡਿਸਕ੍ਰਿਮੀਨੇਸ਼ਨ ਸੀ ਉਦੋਂ ਓਕੇ ਫੇਰ ਮੈਂ ਗਿਆ ਜੀ ਫਲੀਟਵਰਡ ਤੇ ਟਾਊਨ ਹਾਊਸ ਸੀ ਹੂੰ ਉੱਥੇ ਮੈਂ ਡੋਰ ਨਾਕ ਕੀਤਾ ਉਹ ਗੋਰਾ ਸੀ ਕੋਈ ਉਦੋਂ ਇੱਕ ਗਾਲ ਕੱਢਦੇ ਹੁੰਦੇ ਸੀ ਆਪਣੇ ਪੰਜਾਬੀਆਂ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਐਵੇਂ ਸ਼ੁਗਲ ਦੇ ਤੌਰ ਤੇ ਗਾਲ ਬਣਾਈ ਹੋਈ ਸੀ ਉਹਨਾਂ ਦੀ ਪਾਕੀ ਪਾਕੀ ਲਫ਼ਜ਼ ਬੋਲਦੇ ਹਸਾਬ ਨਾਲ ਉਹ ਆਹ ਦੇਸਾ ਉਹਨੂੰ ਗਾਲ ਹੀ ਕਹਿੰਦੇ ਸੀ ਉਹ ਤੇ ਉਹ ਕਹਿੰਦੇ ਵੇਟ ਸੈਕਿੰਡ ਪਾਕੀ ਮੈਂ ਕਿ ਮੈਨੂੰ ਤਾਂ ਪਤਾ ਵੀ ਇਹ ਲਫ਼ਜ਼ ਮਤਲਬ ਇਹਦਾ ਕਿ ਖੁਸ਼ੀ ਕੁਝ ਨਹੀਂ ਪਰ ਉਹ ਆਉਦੇ ਜਿਹਨੇ ਆਪਦਾ ਮਨ ਖੋਸ਼ ਕਰ ਲੈਂਦੇ ਸੀ ਇਹ ਕਹਿ ਕੇ ਬਈ ਇੱਕ ਬਹੁਤ ਵੱਡੀ ਗਾਲ ਹੈ ਨਾ ਵਾ ਚਲੋ ਮੈਂ ਵੇਟ ਕੀਤਾ ਉਹ ਅੰਦਰ ਗਿਆ 2/4 ਲੈ ਕੇ ਆ ਗਿਆ ਐ ਕਰਨ ਲੱਗਾ ਮੈਨੂੰ ਉਹਨੇ ਤੂਬਾ ਕੋਈ ਮਮੂਰੇ ਮੂਰੇ ਉਹ ਮਗਰ ਮਗਰ ਉਹ ਫਲੀਟਵਰਡ ਤੋਂ ਜੇ ਅਸੀਂ ਬ੍ਰੈਮਲੀ ਰੋਡ ਤੇ ਆ ਗਏ ਤੇ ਲੋਕਾਂ ਨੇ ਵੇਖਿਆ ਉਹ ਓਏ ਏ ਏ ਕਰਨ ਲੱਗ ਪਏ ਉਹਨੂੰ ਵੀ ਇਹ ਕੀ ਕਰਦਾ ਉੱਥੇ ਫਿਰ ਉਹਨੂੰ ਲੋਕਾਂ ਨੇ ਮਤਲਬ ਲਾਪਰਵਾਹੀ ਤੇ ਉਹ ਮੁੜ ਗਿਆ ਵਾਪਸ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਅਨੇਕਾਂ ਘਟਨਾਵਾਂ ਉਸ ਵਕਤ ਵਾਪਰੀਆਂ ਇਹ ਪਹਿਲੀ ਟਰਮ ਦੇ ਵਿੱਚ ਯਾਨੀ ਬਹੁਤ ਮੁਸ਼ਕਲਾਂ ਦਾ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ ਤੇ ਉਦੋਂ ਬਾਅਦ 4 ਸਾਲ ਤੋਂ ਬਾਅਦ ਤਾਂ ਫਿਰ ਕਿਉਂਕਿ ਕੰਮ ਲੋਕਾਂ ਦੇ ਫਰਜ਼ ਕੀ ਦਾ ਬਰਥਡੇ ਕਿਸੇ ਘੋਰੇ ਦਾ ਵੀ ਉਹਦੇ ਘਰੇ ਜਾ ਕੇ ਜੇ ਵਾ ਸਰਟੀਫਿਕੇਟ ਦੇ ਆਉਣਾ ਜਾਂ ਉਹਦੇ ਸੱਧਿਆ ਕਿਤੇ ਹੋਰ ਕੰਮ ਤੇ ਸੱਧਿਆ ਜਾਂ ਕੋਈ ਕੰਮ ਆ ਉਹਦਾ ਕਰ ਦੇਣਾ ਕਿਉਂਕਿ ਪਹਿਲੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਤਿੰਨ ਤਿੰਨ ਚਾਰ ਚਾਰ ਮਹੀਨੇ ਅਪੁਆਇੰਟਮੈਂਟ ਨਹੀਂ ਸੀ ਦਿੰਦਾ ਮਿਲਦਾ ਹੀ ਨਹੀਂ ਸੀ ਜੇ ਕੋਈ ਦਫ਼ਤਰ ਚ ਆਉਂਦਾ ਸੀ ਉਹਦੀ ਸੈਕਟਰੀ ਸੀ ਉਹ ਹੀ ਉਹਦੇ ਨਾਲ ਹੀ ਡੀਲ ਕਰਦੇ ਸੀ ਪਰ ਉਦੋਂ ਐਸਾ ਬਣਿਆ ਉਹਨਾਂ ਦਾ ਫੇਰ ਤਾਂ ਮੈਂ ਦੂਜੀ ਟਰਮ ਦੇ ਵਿੱਚ ਤਾਂ ਮੈਂ ਜਾ ਰਿਹਾ ਸੀ ਪਲਾਜ਼ੇ 'ਚ ਸੋ ਲੰਬਾ ਸਾਰਾ ਨੌਜਵਾਨ ਕੋਈ ਕੈਨੇਡੀਅਨ ਸੀ ਉਹ ਕਹਿੰਦਾ ਮਿਸਟਰ ਮਲੀ ਕਹਿੰਦਾ ਆਈ ਨੀਡ ਅ ਬੈਗ ਸਾਈਨ ਕਿਉਂ ਕਹਿੰਦਾ ਵੀ ਮੇਰੇ ਫਾਦਰ 96 ਸਾਲ ਦੇ ਹੀ ਤੁਸੀਂ ਉਹਨਾਂ ਦੇ ਬਰਥਡੇ ਤੇ ਸਾਡੇ ਘਰੇ ਆ ਕੇ ਸਰਟੀਫਿਕੇਟ ਦੇ ਗਏ ਸੀ ਸੋ ਫਿਰ ਹੌਲੀ ਹੌਲੀ ਕੰਮ ਹੁੰਦੇ ਗਏ ਮਿਲਦੇ ਗਏ ਫੰਕਸ਼ਨਾਂ ਤੇ ਜਾਂਦੇ ਗਏ ਹੋਰ ਲਿੰਕ ਬਣਦੇ ਗਏ ਲੋਕਾਂ ਦੇ ਨਾਲ ਫਿਰ ਪਿਆਰ ਵਧਿਆ ਗਿਆ ਦੂਸਰੇ ਲੋਕਾਂ ਦੇ ਨਾਲ ਤੇ ਫਿਰ ਸੌਖਾ ਹੋ ਗਿਆ ਪਰ ਜਿੰਨੀਆਂ ਵੀ ਇਲੈਕਸ਼ਨਲ ਰੈਡੀਆਂ ਕੋਈ ਬੜਾ ਔਖਾ ਨਹੀਂ ਸੀ ਕਿਉਂਕਿ ਲੋਕ ਨਾ ਮੇਰੇ ਅਮਲ ਸਾਬ ਚੇਤਦੇ ਐ ਛੋਟਾ ਜਿਹਾ ਸੀ ਉਹ ਮੈਂ ਖਬਰ ਪੜੀ ਸੀ ਕਿ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉਹ ਤੁਹਾਡੇ ਜਤਨਾ ਨਾ ਹੋਇਆ ਬਿਲਕੁਲ ਇਹ ਅਸਲ ਐਕਚੁਅਲੀ ਵਿਸਾਖੀ ਤੇ ਜਿਹੜਾ ਸੀ ਪ੍ਰੋਗਰਾਮ ਕਰਾਉਂਦਾ ਸੀ ਸ਼ੁਰੂ ਚ ਪਹਿਲੇ ਸਾਲ ਤੋਂ ਵਿਸਾਖੀ ਦੇ ਪਹਿਲਾ ਖੰਡ ਵਟ ਕਰਾਉਣਾ ਦਾਫਤਰ ਕਰਵਾ ਕੇ ਫਿਰ ਭੋਗ ਪਾ ਕੇ ਫਿਰ ਪ੍ਰਾਈਮ ਮਿੰਿਸਟਰ ਵੀ ਕਈ ਵਾਰੀ ਮਿਨਿਸਟਰ ਵੀ ਆਉਂਦੇ ਸੀ ਐਮਪੀ ਵੀ ਆਉਂਦੇ ਸੀ ਇਤੋਂ ਤੱਕ ਜਿਹੜੇ ਦੂਜੇ ਦੇਸ਼ਾਂ ਦੇ ਉੱਤੇ ਹਾਈ ਕਮਿਸ਼ਨਰ ਸੀ ਉਹਨਾਂ ਨੂੰ ਵੀ ਇਨਵਿਟੇਸ਼ਨ ਭੇਜਦੇ ਸੀ ਸੋ ਫਿਰ ਦੁਪਹਿਰ ਦਾ ਪ੍ਰੋਗਰਾਮ ਹੁੰਦਾ ਸੀ ਜਿਹੜਾ ਉਹਦੇ ਚ ਫਿਰ ਕੀ ਭੰਗੜਾ ਹੋਰ ਸਪੀਚਾਂ ਫਿਰ ਪ੍ਰਾਈਮ ਮਿਨਿਸਟਰ ਤੇ ਆਪੋਜੀਸ਼ਨ ਦੇ ਲੀਡਰ ਇਵਨ ਉਹਨਾਂ ਨੂੰ ਵੀ ਸਾਧਣੇ ਆਪਣੇ ਇਹ ਨਹੀਂ ਸੀ ਬਸ ਸਿਰਫ ਮੈਂ ਰੱਖਿਆ ਸੀ ਵੀ ਸਿਰਫ ਲਿਵਰਲ ਲਈ ਹਾਰਪਰ ਆਪਣੇ ਪ੍ਰਾਈਮ ਮਿਨਿਸਟਰ ਰਹੇ ਉਹ ਵੀ ਆਉਂਦੇ ਰਿਹਾ ਤੇ ਟਾਕਵਰ ਡੇ ਵੀ ਆਉਂਦਾ ਰਿਹਾ ਸੋ ਸਾਰੇ ਆਉਂਦੇ ਰਹੇ ਐਨਡੀਪੀ ਦੇ ਵੀ ਆਉਂਦਾ ਸੀ ਉਦੋਂ ਜਿਹੜੇ ਐਨਡੀਪੀ ਦਾ ਹੁੰਦਾ ਸੀਗਾ ਤੇ ਸਾਰੇ ਆਉਂਦੇ ਰਹੇ ਤੇ ਹਾਈ ਕਮਿਸ਼ਨਰ ਵੀ ਸਾਰੇ ਪਾਰਲੀਮੈਂਟ ਚ ਬਹੁਤ ਸਾਰੇ ਲੋਕ ਹੁੰਦੇ ਸੀ ਪਰ ਸਰਦਾਰ ਕਲਾਗੁਰ ਵਕਸਿੰਗ ਮੱਲੀ ਹੁੰਦਾ ਸੀ ਕਿੰਨਾ ਕਮਾਨ ਹੁੰਦਾ ਸੀ ਆਪਦੀ ਪਛਾਣ ਤੇ ਉਦੋਂ ਵੇਖੋ ਇਹ ਤੇ ਬਹੁਤ ਮੈਂ ਸਮਝਦਾ ਕਿ ਖੁਸ਼ੀ ਹੁੰਦੀ ਸੀਗੀ ਕਿ ਬਹੁਤ ਸਾਰੇ ਕੋਈ ਬਹੁਤ ਵਾਰੀ ਕੀ ਹੋਇਆ ਇੱਕ ਵਾਰੀ ਰਸ਼ੀਆ ਤੋਂ ਡੈਲੀਗੇਸ਼ਨ ਆਈ ਮੈਨੂੰ ਸਪੀਕਰ ਨੇ ਦੱਸਿਆ ਯੋ ਯੋ ਉੱਤਰ ਰਿਸੈਪਸ਼ਨ ਰੱਖੀ ਸਪੀਕਰ ਨੇ ਤੇ ਉਹ ਕਹਿਣ ਲੱਗੇ ਵੀ ਆ ਉਹ ਜਿਹੜਾ ਪਾਗੜਾ ਵਾਲਾ ਬੰਦਾ ਬੈਠਾ ਉਹਨੂੰ ਕਹਿੰਦੇ ਇੱਕ ਕੁਐਸਚਨ ਪੁੱਛਣ ਦੇ ਲਈ ਕਹਿੰਦੇ ਉਹ ਕਿਵੇਂ ਉੱਥੇ ਬੈਠਾ ਹੈ ਹਾਂ ਉਹ ਕਿਵੇਂ ਬੈਠਾ ਹੁੰਦੇ ਹੈ ਉਹ ਕਹਿੰਦਾ ਉਹ ਇਲੈਕਟ ਉਹ ਕਹਿੰਦਾ ਮੈਂਬਰ ਪਾਰਲੀਮੈਂਟ ਉਹਨੂੰ ਪਤਾ ਨਹੀਂ ਸੀ ਸੋ ਬੜਾ ਹਰਾਨ ਹੋਏ ਫੋਰ ਵੀ ਇੱਕ ਵੇਨੇ ਨਿਫਰਲੈਂਡ ਤੋਂ ਇੱਕ ਬੰਦਾ ਆਇਆ ਉੱਥੇ ਪ੍ਰਿੰਸੀਪਲ ਸੀ ਆ ਉਹ ਮੈਨੂੰ ਕਹਿਣ ਲੱਗਾ ਵੀ ਮੈਂ ਤੁਹਾਡੀ ਵੀਡੀਓ ਬਣਾ ਕੇ ਲੈ ਕੇ ਜਾਣੀ ਆ ਸਹੀ ਇਹ ਕਹਿੰਦਾ ਮੈਂ ਆਪਣੇ ਸਟੂਡੈਂਟ ਨੂੰ ਦਿਖਾਉਣਾ ਫਿਰ ਉਹ ਦੱਸਣ ਲੱਗ ਪਿਆ ਕਹਿੰਦਾ ਇੱਕ ਵਾਰ ਮੇਰਾ ਫਰੈਂਡ ਸੀਗਾ ਨਿਫਰਲੈਂਡ ਦੇ ਵਿੱਚ ਤੇ ਕਹਿੰਦਾ ਵੀ ਉਹ ਪੱਗ ਬੰਨੀ ਸੀ ਉਹ ਆਇਆ ਤੇ ਸਟੂਡੈਂਟ ਜਿਹੜੇ ਸੀ ਮੇਰੇ ਉਹ ਮੇਰੇ ਕੋਲੇ ਭੱਜੇ ਭੱਜੇ ਆਏ ਕਹਿੰਦੇ ਵੀ ਇੱਕ ਬੰਦਾ ਆਇਆ ਤੈਨੂੰ ਮਿਲਣ ਵਾਸਤੇ ਉਹਦੇ ਲਾਟ ਆਫ ਟਰੈਵਲਸ ਆਨ ਦਾ ਹੈਡ ਉਹ ਕਹਿੰਦਾ ਮੈਂ ਕਿਹਾ ਵੀ ਕੋਈ ਕੋਈ ਮਤਲਬ ਕੋਈ ਖੂਨ ਖਰਾਬੀ ਨਾ ਹੋਵੇ ਇੰਜ ਨਾ ਹੋਵੇ ਉਹ ਕਹਿੰਦਾ ਦੇਖਿਆ ਤਾਂ ਪੱਗ ਬੰਨੀ ਸੀ ਉਹ ਪੱਗ ਨੂੰ ਟਾਵਲੀ ਦੱਸ ਦੇ ਕਹਿੰਦਾ ਇਸ ਕਰਕੇ ਮੈਂ ਸੋਚਿਆ ਹੁਣ ਤੁਸੀਂ ਬਣੇ ਤਾਂ ਜ਼ਰੂਰੀ ਵੀਡੀਓ ਬਣਾ ਕੇ ਦਿਖਾਵਾ ਵੀ ਇਹ ਪੱਗ ਟਾਵ ਇਸ ਤਰ੍ਹਾਂ ਹੈਗਾ ਇਹ ਸਾਰਾ ਇਹ ਇਦਾਂ ਦੇ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਜੀ ਇੱਕ ਵਾਰੀ ਮੈਨੂੰ ਇੱਥੋਂ ਬ੍ਰਾਜ਼ੀਲ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਜਾ ਰਹੇ ਸੀ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਹੋ ਗਿਆ ਜੀ ਕੰਮ ਉਸ ਸਪੀਕਰ ਮੈਨੂੰ ਪੁੱਛਣ ਲੱਗਾ ਕਹਿੰਦਾ ਵੀ ਬ੍ਰਾਜ਼ੀਲ ਤੁਹਾਡਾ ਕੋਈ ਸਹਿਕਾ ਹੈਗਾ ਕੀ ਦਾ ਇਤਜਾਹ ਤਾਂ ਨੇ ਵੀ ਠੀਕ ਹੈ ਡੈਲੀਗੇਸ਼ਨ ਦੇ ਨਾਲੇ ਮੈਂ ਪਰ ਮੈਂ ਜਾਣਕਾਰੀ ਵਾਸਤੇ ਪੁੱਛਣਾ ਚਾਹੁੰਨਾ ਵੀ ਉੱਥੇ ਕਿੰਨੇ ਸਿੱਖ ਆ ਬੜਾ ਜੀ ਮੈਂ ਕਿਹਾ ਵੀ ਗੱਲ ਇਹ ਹੈ ਇਹ ਤਾਂ ਮੈਨੂੰ ਪਤਾ ਨਹੀਂ ਉੱਥੇ ਕੋਈ ਹੈਗਾ ਕਿ ਨਹੀਂ ਹੈਗਾ ਮੈਂ ਵੀ ਨਹੀਂ ਗਿਆ ਪਰ ਮੈਨੂੰ ਇੱਕ ਜ਼ਰੂਰ ਹੈਗਾ ਇਸ ਸਿੱਖ ਇੰਨੇ ਮਸ਼ਹੂਰ ਸਿੱਖ ਤੇ ਆਲੂ ਹਰ ਇੱਕ ਜਗ੍ਹਾ ਪਾਏ ਜਾਂਦੇ ਲਓ ਜੀ ਇੱਥੋਂ ਉਹਨੇ ਆਰਟਵੇ ਤਾਂ ਜਾਣਾ ਸੀ ਡੈਲੀਗੇਸ਼ਨ ਨੇ ਮੈਂ ਇੱਥੋਂ ਟੋਰਾਂਟੋ ਤੋਂ ਇੱਥੇ ਲੰਗਾਰਡੀਆ 에ਰਪੋਰਟ ਤੇ ਮੈਂ ਉੱਥੇ ਉਹ ਅਸਿਰ ਇਕੱਠੇ ਹੋ ਗਏ ਇਕੱਠੇ ਹੋ ਗਏ ਉਹ ਕਹਿੰਦਾ ਮੈਂ ਦੂਜੇ ਏਅਰਪੋਰਟ ਤੋਂ ਕੈਨੇਡੀਅਨ ਏਅਰਪੋਰਟ ਤੋਂ ਜਦੋਂ ਆਇਆ ਉਹ ਕਹਿੰਦਾ ਵੀ ਤੇਰੀ ਗੱਲ ਸੱਚੀ ਹੁੰਦੀ ਲੱਗਦੀ ਕੰ ਕਹਿੰਦਾ ਜਿਹੜਾ ਟੈਕਸੀ ਡਰਾਈਵਰ ਸੀਗਾ ਮੈਨੂੰ ਛੱਡ ਕੇ ਗਿਆ ਉਹ ਵੀ ਸਰਦਾਰ ਸੀ ਫੇਰ ਉਸ ਤੋਂ ਬਾਅਦ ਅਸੀਂ ਬ੍ਰਾਜ਼ੀਲ ਚਲੇ ਗਏ ਫਾਰਨ ਫੇਅਰ ਦੇ ਵਿੱਚਾਂ ਤੁਰੇ ਜਾਂਦੇ ਮੂਰੇ ਇੱਕ ਸਰਦਾਰ ਪੱਗ ਵਾਲਾ ਬ੍ਰਾਜ਼ੀਲ ਦੇ ਵਿੱਚ ਮਿਲਿਆ ਸਾਸਤਰੀ ਕਹਾਸ ਤੇ ਐਕਚੁਅਲੀ ਉਹ ਬਾਅਦ ਚ ਉਹਨੇ ਇੰਟਰੋਡਿਊਸ ਕਰਾਇਆ ਸਨ ਉਹ ਸੀਗਾ ਉਸ ਟਾਈਮ 베ਦੀ ਗੁਰਿੰਦਰ 베ਦੀ ਉਹਦਾ ਨਾਮ ਸੀ ਉਸੀ ਹਾਈ ਕਮਿਸ਼ਨਰ ਇਨਵੈਸਟਰ ਸੀਗਾ ਇੰਡੀਆ ਦਾ ਬ੍ਰਾਜ਼ੀਲ ਦੇ ਵਿੱਚ ਉਹਨੇ ਮੈਂਟੋਡ ਕਰਾਈ ਤੇ ਮਨ ਕੰਦਾ ਮੈਂ ਕਿ ਬੈਸਟਰ ਆ ਇੰਡੀਆ ਦਾ ਇਸ ਸੈਕਟਰ ਫਿਰ ਤੇ ਉੱਥੇ ਕੀ ਹੋਇਆ ਸ਼ਾਮ ਨੂੰ ਕੋਈ ਵੀ ਜਿਹੜੇ ਡੈਲੀਗੇਸ਼ਨ ਜਾਂਦੀ ਹੈ ਉਹਨਾਂ ਦੇ ਜਿਹੜਾ ਕੰਟਰੀ ਦੇ ਜਿਹੜੇ ਹੁੰਦੇ ਆ ਉਹ ਉਹਨਾਂ ਨੂੰ ਵੀ ਸਾਡੇ ਬੰਦਿਆਂ ਨੂੰ बिजनेਸਮੈਨ ਨੂੰ ਬਾਕੀ ਉਹ ਦੂਸਰੇ ਇਨਵੈਸਟਰਸ ਨੂੰ ਸਾਰਿਆਂ ਨੂੰ ਸਾਡੇ ਤੇ ਇਹ ਗਰੇਂਦਰ 베ਦੀਨ ਵੀ ਉੱਥੇ ਸੱਦਿਆ ਸਾਡੀ ਜਿਹੜੀ ਅੰਵੈਸਟਰ ਸੀ ਡਿਆਨਾ ਤੇ ਉਹ ਜਦੋਂ ਗੱਲਬਾਤ ਕਰਦੇ ਰਹੇ ਮੁੜ ਕੇ ਉਹ ਕਹਿਣ ਲੱਗੇ ਚਾਹ ਪਾਣੀ ਉਹ ਕਹਿੰਦਾ ਮੈਂ ਇੱਕ ਮਿੰਟ ਮੇਰੀ ਗੱਲ ਸੁਣੀ ਕਿਚਨ ਚ ਲੈ ਗਿਆ ਤੇ ਕਹਿੰਦਾ ਮੈਂ ਇੱਕ ਮਿੰਟ ਹੀ ਤੇ ਮੈਂ ਇੱਕ ਬੰਦੇ ਨੂੰ ਮੈਨੂੰ ਵੀ ਬੁਲਾ ਲੈ ਕਿਚਨ ਕਹਿੰਦਾ ਉਹਨੂੰ ਕਹਿੰਦਾ ਡਿਆਨਾ ਤੂੰ ਕਹਿੰਦੀ ਸੀ ਨਾ ਤੁਹਾਡਾ ਬੰਦਾ ਬਾਹਰ ਤਾਂ ਗਿਆ ਭੱਗ ਦੇ ਨਾਲ ਪਰ ਉਹਨੂੰ ਪਾਰਲੀਮੈਂਟ ਤੇ ਨਹੀਂ ਬੈਠਣ ਦੇਣਾ ਕਹਿੰਦਾ ਆਹ ਬੰਦਾ ਆਇਆ ਬੈਠਾ ਤੇ ਬਣਿਆ ਵੀ ਤੇ ਪਾਰਲੀਮੈਂਟ ਤੇ ਹੀ ਸੈਂ ਇਦਾਂ ਨਹੀਂ ਵੀ ਉਦੋਂ ਮਤਲਬ ਮੇਰਾ ਕਹਿਣ ਦਾ ਲੋਕ ਕਿ ਆਸੈਂਡਾ ਚਲੇਉਂਦੇ ਬਣ ਕੇ ਪਾਰਲੀਮੈਂਟ ਤੇ ਨਹੀਂ ਬੈਠਣ ਦੇਣਾ ਬਹੁਤ ਸਾਰੀਆਂ ਮਾਈਲਸਟੋਨ ਕਾਇਮ ਕੀਤੇ ਹਾਂ ਜੀ ਮਾਈਲਸਟੋਨ ਕਾਇਮ ਕਰਦੇ ਫਿਰ ਤੁਸੀਂ ਬਹੁਤ ਯਾਨੀ ਮੈਂ ਕਿਨ ਇੰਡੀਆ ਸਟੋਰੀਆਂ ਕੋਈ ਪਹਿਲੇ ਕਰਕੇ ਪਤਾ ਹੀ ਮਤਲਬ ਪੁੱਛਿਆ ਹੀ ਨਹੀਂ ਕੀ ਕਰਦਾ ਹੁੰਦਾ ਹੈ ਕਿ ਨਹੀਂ ਈਵਨ ਜਦੋਂ ਮੈਨੂੰ ਮੈਂ ਨਾਮਿਨੇਸ਼ਨ ਜਿੱਤ ਲਈ ਨਾ ਨਾਮਿਨੇਸ਼ਨ ਜਿੱਤਣ ਤੋਂ ਬਾਅਦ ਮੈਨੂੰ ਕਹਿੰਦਾ ਕਿ ਕਹਿੰਦਾ ਵੀ ਤੂੰ ਆਪਣਾ ਨੇਮ ਟੈਗ ਕਿੱਥੇ ਲਾਏਗਾ ਮਖੌਲ ਦੇ ਨਾਲ ਕਿਉਂ ਵੀ ਨੇਮ ਟੈਗ ਕਿੱਥੇ ਲਾਏਗਾ ਮੈਂ ਕੁਦਰਤੀ ਸੁਭਾਅਕ ਨਿਕਲ ਗਿਆ ਮੈਂ ਕਿਹਾ ਮੈਨੂੰ ਲੋੜ ਹੀ ਨਹੀਂ ਪਣੀ ਨੇਮ ਟੈਗ ਦੀ ਮੇਰਾ ਆ ਹੀ ਨੇਮ ਟੈਗ ਆ ਸਹੀ ਮੇਰਾ ਸਤਾਰ ਦਾ ਹੀ ਚੁੱਪ ਕਰ ਗਿਆ ਮੁੜ ਕੇ ਉਹ ਹੀ ਗੱਲ ਹੋਈ 12 ਕੇ 13 ਸਾਲ 14 ਸਾਲ ਹੀ ਲਾ ਲਓ ਕਿ ਕੋਈ ਭਾਗੜਾ ਬੰਦਾ ਨਹੀਂ ਬਣਿਆ ਉੱਥੇ ਮੈਂਬਰ ਪਾਰਲੀਮੈਂਟ ਅਰਬਤਾਰਿਆ ਸੀ ਮੈਂ ਸੀ ਤੇ ਉਹ ਜਦੋਂ ਵੀ ਜਾਣਾ ਪਾਰਲੀਮੈਂਟ ਚ ਕੋਈ ਇਥੇ ਨੇ ਆਮ ਪਾਰਲੀਮੈਂਟ ਦੇ ਵਿੱਚ ਪੈਨ ਦਿੰਦੇ ਆ ਜੀ ਆਈਡੀ ਪੈਨ ਮੈਂਬਰ ਆਫ ਪਾਰਲੀਮੈਂਟ ਨਰੀਂਜਾ ਉਹ ਵੇਖ ਕੇ ਸਕਿਉਰਿਟੀ ਗਾਰਡ ਅੰਦਰ ਜਾਣ ਦਿੰਦੇ ਜਿੱਥੇ ਵੀ ਜਾਣਾ ਤੁਸੀਂ ਜੀ ਇਥੇ ਮੈਨੂੰ ਕਦੇ ਪੈਨ ਦੀ ਲੋੜ ਹੀ ਨਹੀਂ ਪਈ ਭੱਗ ਕਰਕੇ ਕਿਉਂਕਿ ਹੋਰ ਕੋਈ ਹੈ ਨਹੀਂ ਸੀ ਭੱਗ ਫਿਰ ਬੱਸ ਦੇ ਵਿੱਚ ਵੀ ਉਹ ਜਦੋਂ ਚੱਲਦੇ ਗ੍ਰੀਨ ਬੱਸਾਂ ਚੱਲਦੀਆਂ ਆ ਤੁਹਾਡੇ ਬਾਰੇ ਇਹ ਵੀ ਮਸ਼ਹੂਰ ਹੈ ਕਿ ਤੁਸੀਂ ਬੱਸ ਤੇ ਹੀ ਜਾਂਦੇ ਰਹੇ ਗੱਡੀ ਦੀ ਵਰਤੋਂ ਹੀ ਨਹੀਂ ਕੀਤੀ ਅ ਨਹੀਂ ਮੈਂ ਇੱਥੋਂ ਜੀ ਹਾਂ ਮੈਂ ਆਪਣੀ ਕਾਰ ਤੇ ਜਾਂਦਾ ਆਪਣੇ ਕਾਰ ਤੇ ਜਾਂਦਾ ਸੀ ਬਾਈਅਰ ਘੱਟ ਹੀ ਜਾਂਦਾ ਸੀ ਕਿਉਂਕਿ ਇੱਕ ਤਾਂ ਟੜਕੇ ਉੱਠਣਾ 5 ਵਜੇ ਆਰਾਮ ਨਾਲ ਪਹੁੰਚ ਜਾਂਦੇ ਸੀ ਬਾਕੀ ਨਾਲ ਵੇਂਦੇ ਜਾਣਾ ਹੋਰ ਬੜਾ ਆਰਾਮ ਸੀ ਸੌਖਾ ਸੀ ਤੇ ਇਥੋਂ ਨੂੰ ਤਾਂ ਘੰਟਾ 에어ਪੋਰਟ ਤੇ ਜਾਣ ਨੂੰ ਲੱਗ ਜਾਂਦਾ گاਹ ਫੇਰ ਲੱਗ ਜਾਂਦਾ ਨਾਲੇ ਪੈਸੇ ਵੀ ਗੌਰਮੈਂਟ ਪੈਸੇ ਤਾਂ ਆਪਣੇ ਹੀ ਆ ਜੇ ਕਹੀਏ ਗੌਰਮੈਂਟ ਦਾ ਪੈਸੇ ਨਹੀਂ ਆ ਲੋਕ ਹੀ ਦਿੰਦੇ ਟੈਕਸ ਉਹੀ ਪੈਸੇ ਕਿਉਂ ਨਾ ਚ ਸੇਵਿੰਗ ਵੀ ਮੰਦੀਰੀ ਸੋ ਇਸ ਤਰ੍ਹਾਂ ਕਾਫੀ ਉਹ ਫਿਰ ਸਿਕਿਉਰਿਟੀ ਗਾਰਡ ਵੀ ਤੇ ਬੱਸ ਵਾਲਾ ਇੱਕ ਦਿਨ ਹਜੇ ਵੀ ਹੁਣ ਵੀ ਹਜੇ ਆ ਚਾਰ ਪੰਜ ਸਾਲ ਦੀ ਗੱਲ ਆ ਤੇ ਉਹ ਬੱਸ ਹਜੇ ਤੱਕ ਹੀ ਉਹ ਬਸ ਵਾਲੇ ਜੇ ਪੁਰਾਣੇ ਹੀ ਕਹੀ ਤੇ ਉਹਨੇ ਬੱਸ ਇਹ ਮੂਰੇ ਆਪਣੇ ਐਮਪੀ ਖੜੇ ਸੀ ਉਹਰੇ ਤੇ ਉਹ ਲੈ ਗਿਆ બસ ਲੈ ਗਿਆ ਉਹਨੇ ਰੋਕੀ ਉਹਨਾਂ ਹਜੇ ਪਛਾਣ ਨਹੀਂ ਸੀ ਉਹਨੂੰ ਤੇ ਮੁੜ ਕੇ ਗਾਂਹ ਜਾ ਕੇ ਉਹਨੇ ਮੈਂ ਖੜਾ ਸੀ ਉਹਨੇ ਉਹਦਾ ਹਜੇ ਤੁਰਿਆ ਜਾਂਦਾ ਸੀ ਤੇ ਉਹਨੇ ਵੇਖ ਕੇ ਬੱਸ ਰੋਕ ਲਈ ਮਿਸਟਰ ਸਿੰਘ ਅਜੇ ਤਾਂ ਘੱਟ ਪਛਾਣ ਹਤੇ ਇਤਨਾ ਦੀ ਬਣੀ ਕੋਈ ਹੈ ਨਹੀਂ ਸੀ ਹੌਲੀ ਹੌਲੀ ਤਾਂ ਹੁਣ ਤਾਂ ਆਪਣੇ ਬਹੁਤ ਐਮਪੀ ਪਗਾਂ ਵਾਲੇ ਹੋ ਗਏ ਸਾਰੇ ਤੁਸੀਂ ਤੁਸੀਂ ਕੰਟੀਨਿਊ ਸ਼ੇਵਰ ਬਣੇ ਹਾਂ ਸ਼ੇਵਰ ਕੰਟੀਨਿਊ ਸ਼ਿਕਾ ਸਿਆਸਤ ਦੇ ਵਿੱਚ ਮਾਰਦਾ ਤੇ ਮਨੀਤ ਸਾਹਿਬ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਮਿਨਿਸਟਰੀ ਮਿਲਦੀ ਰਹੀ ਮੈਂ پارਲੀਮੈਂਟਰੀ ਸੈਕਟਰੀ ਫਸਟ ਆਫ ਪਹਿਲਾਂ ਚੁਣਿਆ ਗਿਆ ਲਿਆ ਸੀ پارਲੀਮੈਂਟਰੀ ਸੈਕਟਰੀ ਟੂ ਦਾ ਮਿਨਿਸਟਰ ਆਫ ਲੇਬਰ ਫਿਰ پارਲੀਮੈਂਟਰੀ ਸੈਕਟਰੀ ਟੂ ਦਾ ਮਿਨਿਸਟਰ ਆਫ ਹਿਊਮਨ ਰਿਸੋਰਸਸ ਐਂਡ ਸਕਿਲ ਡਿਵੈਲਪਮੈਂਟ ਦੇ ਨਾਲ ਹੀ ਆਪਣਾ ਫੋਰਨ ਕਾਡੈਂਸ਼ੀਅਲ ਦਾ ਸੀ ਕਿਉਂਕਿ ਫੋਰਨ ਕਾਡੈਂਸ਼ੀਅਲ ਦੇ ਬਾਰੇ ਵਿੱਚ ਮੈਨੂੰ ਕਾਫੀ ਇਨਫੋਰਮੇਸ਼ਨਸ ਦੀ ਆਪਣੇ ਬਹੁਤ ਸਾਰੇ ਲੋਕ ਜਿਹੜੇ ਮਿਲਨ ਦੇ ਵਿੱਚ ਉਦੋਂ ਆਉਂਦੇ ਸੀ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਨੁਕਨੀ ਨਹੀਂ ਸੀ ਮਿਲਦੀ ਫਿਰ ਜਦੋਂ ਉਹ ਬਣਿਆ ਫਿਰ ਸੀ ਇਹ ਇੱਕ ਗਵਰਨਮੈਂਟ ਦਾ ਫੰਡਿੰਗ ਆਫੀ ਸੀ ਕਿ ਖਰਚ ਕਰੋ ਤੇ ਆਪਾਂ ਜਿਹੜੇ ਫਾਰਮ ਕੰਟੈਂਸ਼ਲ ਨੇ ਜਿਹੜੀਆਂ ਦਿੱਕਤਾਂ ਆਉਂਦੀਆਂ ਉਹਨਾਂ ਨੂੰ ਜਾ ਕੇ ਦੇਖਿਆ ਜਾਵੇ ਫਿਰ ਆਪਾਂ ਉਸ ਤਰੀਕੇ ਨਾਲ ਜਿਹੜੀ ਐਮੈਂਡਮੈਂਟ ਕਰੀਏ ਤੇ ਮੈਂ ਤਕਰੀਬਨ 100 ਤੇ 9 ਵਿਟਨਸ ਸਾਦੇ ਕਮੇਟੀ ਚ ਭਰਜ ਕੀਤਾ ਨਰਸ ਐਸੋਸੀਏਸ਼ਨ ਐਸੋਸੀਏਸ਼ਨ ਨੂੰ ਪਹੁੰਚਦੇ ਵੀ ਤੁਹਾਨੂੰ ਕੀ ਦਿੱਕਤਾਂ ਆਉਂਦੀਆਂ ਜੇ ਫੋਰਨ ਕ੍ਰੈਡੈਂਸ਼ਲ ਦੇ ਜਿਹੜੇ ਲੋਕ ਆਉਂਦੇ ਉਹਨਾਂ ਦੀਆਂ ਕਿਵੇਂ ਉਹਨਾਂ ਨੂੰ ਆਪਾਂ ਇਸ ਡਾਕਟਰ ਐਸੋਸੀਏਸ਼ਨ ਇੰਜੀਨੀਅਰ ਐਸੋਸੀਏਸ਼ਨ ਅਕਾਊਂਟਿੰਗ ਸਾਰੇ ਜਿਹੜੇ ਐਕਸਰ ਨੌ ਸੀ ਉਹਨਾਂ ਨੂੰ ਬਾਰ-ਬਾਰ ਸਾਦੇ ਵਿੱਚ ਤੁਸੀਂ ਦੱਸੋ ਇਹ ਕਿਸ ਤਰ੍ਹਾਂ ਕਿਹੜੀਆਂ ਚੇਂਜ ਲਿਆ ਜਿੱਦਾਂ ਕਿ ਜਿਹੜੇ ਬਾਹਰੋਂ ਡਿਗਰੀਆਂ ਲੈ ਕੇ ਆਉਂਦੇ ਉਹਨਾਂ ਨੂੰ ਨਯੋਗਤਾ ਦੇ ਆਧਾਰ ਤੇ ਤੁਹਾਡੇ ਡਿਪਾਰਟਮੈਂਟਾਂ ਚ ਨੌਕਰੀ ਮਿਲ ਸਕੇ ਇਹ ਕਾਫੀ ਉਸ ਤੋਂ ਬਾਅਦ ਕਾਫੀ ਚੇਂਜ ਹੋਈ ਆ ਅਨਫੋਰਚੂਨੇਟਲੀ ਕਿ ਹੋਇਆ ਕਿ ਉਹ ਸਾਡੀ ਸਰਕਾਰ ਟੁੱਟ ਗਈ ਪਤ ਪੂਰਾ ਕੰਮ ਅਜੇ ਹੋਰ ਵੀ ਕਰਨਾ ਹੈ ਵਿੱਚ ਕੀਤਾ ਕਾਫੀ ਪਰ ਰਹਿ ਗਿਆ ਵੀਸ ਜਿਹੜਾ ਉਹਦੇ ਨਾਲ ਫਿਰ ਥੋੜਿਆ ਫਿਰ ਉਹਦੇ ਬਾਅਦ ਮੈਂ ਇੰਡਸਟਰੀ ਦਾ ਵੀ ਰਿਆ ਪਾਰਲੀਮੈਂਟਰੀ ਮਿਨਿਸਟਰ ਆਫ ਇੰਡਸਟਰੀ ਫਿਰ ਉਸ ਤੋਂ ਬਾਅਦ ਮਿਨਿਸਟਰ ਆਫ ਰੈਵਨਿਊ ਪਾਰਲੀਮੈਂਟਰੀ ਸੈਕਟਰੀ ਹਾਂ ਚਾਰ ਪਾਰਲੀਮੈਂਟਰੀ ਸੈਕਟਰੀ ਦੇ ਵੱਖਰੇ ਵੱਖਰੇ ਉਦਯਾਂ ਤੇ ਮੈਂ ਵੱਖਰੇ ਵੱਖਰੇ ਮਿਨਿਸਟਰਾਂ ਦੇ ਨਾਲ ਕੰਮ ਕੀਤਾ ਉਦੋਂ ਇਦਾਂ ਨਹੀਂ ਸੀ ਤਾਂ ਨਾਂ ਮੇਰੀ ਆਤ ਹੀ ਅਸ਼ੋਭਾਈ ਦੀ ਨੇ ਹੁਣ ਤੱਕ ਮਾੜਾ ਜਿਹਾ ਕੋਈ ਸੈਕਟਰੀ ਵੀ ਬਣ ਜਾਏ ਉਫਰਟ ਪੇਪਰ ਤੇ ਦਿੰਦਾ মিডিਏ ਤੇ ਭਰ ਦਿੰਦਾ ਅਖਬਾਰਾਂ ਤੇ ਵੀ ਆ ਬਣ ਗਿਆ ਮੈਂ ਅਸੀਂ ਕਿਸੇ ਨੇ ਇਸ ਤੋਂ ਇਲਾਵਾ ਮੈਂ ਪਾਰਲੀਮੈਂਟਰੀ ਜਿਹੜੀ ਲਾਇਬ੍ਰੇਰੀ ਪਾਰਲੀਮੈਂਟ ਜੀ ਲਾਇਬ੍ਰੇਰੀ ਆਫ ਪਾਰਲੀਮੈਂਟ ਇਟ ਕੈਨੇਡਾ ਦੀ ਜੀ ਉਹਦਾ ਮੈਂ ਚੇਅਰਮੈਨ ਵੀ ਰਿਆਂ ਜਿਹੜੀ ਕਮੇਟੀ ਦਾ ਤਾਂ ਕਿ ਜਿਹੜੀਆਂ ਲਾਇਬ੍ਰੇਰੀ ਦੇ ਚ ਕੀ ਕਰਨੀ ਐਮੈਂਡਮੈਂਟ ਇਦਾਂ ਸਾਰਾ ਤੇ ਤੁਹਾਨੂੰ ਉਹਦਾ ਆਨਰੇਬਲ ਟਾਈਟਲ ਇਹ ਕਿਵੇਂ ਮਿਲਿਆ ਇਹ ਉਹ ਪਾਰਲਮੈਂਟ ਪ੍ਰਾਈਮ ਮਿਨਿਸਟਰ ਬਣਿਆ ਸਾਡੇ ਬਹੁਤ ਕਲੋਜ਼ ਸੀਗਾ ਮੇਰੇ ਹੋਰ ਵੀ ਬੰਦਿਆਂ ਦੇ ਤੇ ਹੁਣ ਮਿਨੋਰਟੀ ਗਵਰਨਮੈਂਟ ਸੀਗੀ ਤੇ ਹੁਣ ਸਾਰੇ ਬੰਦਿਆਂ ਨੂੰ ਮਿਨਿਸਟਰ ਤਾਂ ਬਣਾ ਨਹੀਂ ਸਕਦਾ ਤੇ ਫੇਰ ਉਹਨੇ ਦੱਸਿਆ ਵੀ ਵੇਖੋ ਵੀ ਆਪਾਂ ਇਕੱਠੇ ਹੋ ਕੇ ਕੰਮ ਕੀਤਾ ਮੈਂ ਸਾਰੇ ਬੰਦੇ ਹੁਣ ਤਾਂ ਮਿਨਿਸਟਰ ਨਹੀਂ ਬਣਾ ਸਕਦਾ ਤੇ ਕੀ ਫੇਰ ਮੇਰੀ ਸੁਜੈਸ਼ਨ ਸੀ ਇਹ ਉਦੋਂ ਮੈਂ ਕਿਹਾ ਵੀ ਵੇਖੋ ਅਸੀਂ ਵੀ ਹੁਣ ਇੰਨੀ ਦੇਰ ਦੇ ਕੰਮ ਕਰਦੇ ਆਂ ਵੀ ਸਾਨੂੰ ਘੱਟ ਤੋਂ ਘੱਟ ਕੁਝ ਨਾ ਕੁਝ ਤਾਂ ਅਸੀਂ ਛੱਡ ਕੇ ਜਾਈਏ ਨਾ ਆਪਦੇ ਪਿੱਛੇ ਤੇ ਮੈਂ ਕਿਹਾ ਤਾਂ ਇਦਾਂ ਕਰ ਜਿੰਨੇ ਪਾਰਲੀਮੈਂਟਰੀ ਸੈਕਟਰੀ ਬਣਾਉਣੇ ਆ ਉਹਨਾਂ ਨੂੰ ਪ੍ਰੀਵੀ ਕੌਂਸਲ ਦੇ ਮੈਂਬਰ ਬਣਾ ਦੇ। ਤਾਂ ਉਦੋਂ ਉਹਨੇ ਫਿਰ ਉਦ ਪਹਿਲਾਂ ਵੀ ਨਹੀਂ ਬਣਿਆ ਕੋਈ ਪਾਰਲੀਮੈਂਟਰੀ ਸੈਕਟਰੀ ਪ੍ਰੀਵੀ ਕੌਂਸਲ ਦਾ ਮੈਂਬਰ। ਉਹਨੇ ਫਿਰ ਪ੍ਰੀਵੀ ਕੌਂਸਲ ਦੇ ਮੈਂਬਰ ਬਣਾਤੇ। ਉਦੋਂ ਬਾਅਦ ਹੁਣ ਵੀ ਨਹੀਂ ਬਣਾ। ਹੁਣ ਵੀ ਪਾਰਲੀਮੈਂਟਰੀ ਸੈਕਟ ਨੂੰ ਪ੍ਰੀਵੀ ਕੌਂਸਲ ਦਾ ਮੈਂਬਰ ਨਹੀਂ ਬਣਾਇਆ ਇਹਨਾਂ ਨੇ। ਉਹਨੇ ਬਣਾਇਆ ਸੀ ਬਸ। ਉਹ ਦੇਖੋ ਕਿ ਹੁਣ ਬਹੁਤ ਕਲੋਜ਼ ਸੀ ਅਸੀਂ ਸੀ ਜੇਮ ਕਰਿਆ ਨਾ ਅਸੀਂ ਕਰੀਕ ਉੱਥੋਂ। ਅਸੀਂ ਬਹੁਤ ਇਹਦੀ ਮਦਦ ਕੀਤੀ ਸੀ। ਹੁਣ ਸਾਨੂੰ ਸਾਰਿਆਂ ਨੂੰ ਮਿਨਿਸਟਰ ਬਣਾਉਣੇ ਤਾਂ ਫਿਰ ਉਹ ਮਿਨਿਸਟਰੀ ਦਾ ਹੁੰਦਾ ਵੀ ਇੱਕ ਮਿਨੋਰਿਟੀ ਗਵਰਨਮੈਂਟ ਸੀ ਉਹਨੇ ਦੂਜੀ ਸੂਬਿਆਂ ਤੋਂ ਵੀ ਮਿਨਿਸਟਰ ਲੈਣੇ ਸੀ ਤੇ ਇਥੋਂ ਦੇ ਜਿਆਦਾ ਐਮਪੀ ਸੀਗੇ অন্ਟਾਰੀਓ ਦੇ অন্ਟਾਰੀਓ ਦੇ ਕਿੰਨੇ ਕਨੇ ਮਿਨਿਸਟਰ ਬਣਾਵੇ ਤੇ ਸਾਡੀ ਵੀ ਚਾਹਤ ਸਾਨੂੰ ਕੀ ਹੈ ਵੀ ਹੁਣ ਇਹਨੇ ਸਾਡੇ ਸਾਡਾ ਪ੍ਰਾਈਮ ਮਿਨਿਸਟਰ ਬਣਿਆ ਹੋਰ ਵੀ ਕੰਮ ਜਿਹੜੇ ਸੀ ਲੈਣੇ ਕਰਦੇ ਵੀ ਇਸ ਤਰ੍ਹਾਂ ਜੇ ਹੋ ਜਾ ਸਾਰੇ ਖੁਸ਼ ਉਹ ਸਾਰੇ ਖੁਸ਼ ਹੋ ਗਏ ਉਹਦੇ ਵਿੱਚ ਇੱਕ ਕਿਸਮ ਦੇ ਅਸੀਂ ਵੀ ਮਿਨਿਸਟਰਾਂ ਨਾਲ ਟਾਈਟਲ ਲੱਗ ਗਿਆ ਉਹਨਾਂ ਨਾਲ ਪ੍ਰੀਵੀ ਕੌਂਸਲ ਦੇ ਮੈਂਬਰ ਬਣ ਗਏ ਜੀ ਤੇ ਮਿਲ ਸਾਬ ਅੱਜਕੱਲ ਤੁਸੀਂ ਐਕਟਿਵ ਹੋ ਉਹ ਵੈਸੇ ਕਿਤੇ ਕਿਤੇ ਯਾਨੀ ਜਿਵੇਂ ਕੋਈ ਫੰਕਸ਼ਨਾਂ ਤੇ ਜ਼ਿਆਦਾ ਤੌਰ ਤੇ ਫੰਕਸ਼ਨ ਜਿਹੜੇ ਆ ਵੀਕਐਂਡ ਤੇ ਕਈ ਵਾਰ 6-7 ਆਏ ਰਹਿੰਦੇ 6-7 ਫੰਕਸ਼ਨ ਨਾਰਮਲੀ ਪੋਲੀਟਿਕਲੀ ਨਹੀਂ ਬਹੁਤੇ ਸਰਗਰਮ ਪੋਲੀਟਿਕਲੀ ਯਾਨੀ ਜੇ ਇਸ ਤਰ੍ਹਾਂ ਪਹਿਲਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੋ ਕੇ اٹੇਆ ਉਥੇ ਮੈਂ ਮਦਦ ਕਰਦਾ ਰਾਂ ਲੜਕੀ ਦੀ ਹੁਣ ਜਿਵੇਂ ਮਿਊਨਿਸਪਲ ਇਲੈਕਸ਼ਨ ਆ ਇਹਦੇ ਵਿੱਚ ਹੁਣ ਮੈਂ ਹੋਰ ਤਾਂ ਬਾਹਲਾ ਨਹੀਂ ਹਾਂ ਜਿਹੜੇ ਜਿਵੇਂ ਸਤਪਾਲ ਜੋਹਲ ਜੀ ਇੱਥੇ ਉਹ ਸਤਪਾਲ ਜੋਹਲ ਸਾਡੇ ਨਾਲ ਕਾਫੀ ਲੰਬਾ ਸਮਾਂ ਰਿਹਾ ਤੇ ਉਹਦੇ ਨਾਲ ਕਿਤੇ ਮਦਦ ਕਰਦੀ ਉਹ ਆਪਣੇ ਸਕੂਲ ٹرسٹ ਦੇ ਵਾਸਤੇ ਖੜਾ ਅੱਗੇ ਵੀ ਦੋ ਤਿੰਨ ਵਾਰੀ ਖੜਾ ਪਰ ਉਹਦੀ ਗੱਲ ਨਹੀਂ ਸੀ ਬਣਦੀ ਤੇ ਮੈਂ ਕਿਹਾ ਚਲੋ ਜਿਹੜਾ ਬੰਦਾ ਨਾਲ ਜੁੜਿਆ ਹਮੇਸ਼ਾ ਲੋਅਰ ਰਿਹਾ ਚਲੋ ਜੇ ਤਾਰਤਾ ਕਿਸਮਤ ਆ ਪਰ ਅਸੀਂ ਉਹਨੂੰ ਬੰਦੇ ਨੂੰ ਬੈਕਅਪ ਨਹੀਂ ਦਿਖਾਉਂਦੇ ਕੋਈ ਹੋਰ ਵੀ ਜਿਹੜੇ ਇਸ ਤਰ੍ਹਾਂ ਹੋਰ ਵੀ ਜਿਹੜੇ ਬੰਦਿਆਂ ਨੇ ਮਦਦ ਕੀਤੀ ਕਿਸੇ ਕਿਤੇ ਕਿਸੇ ਤਰੀਕਾ ਚਾਹ ਮੇਰਾ ਚਾਹ ਰਿਕਾਉਨਸਲਰ ਹੈ ਚਾਹ ਰੀਜਨ ਕਾਉਂਸਲ ਜਿਹੜੇ ਜਿਹੜੇ ਬੰਦੇ ਸਾਡੀ ਮਦਦ ਕਰਦੇ ਰਹੇ ਆ ਉਹਨਾਂ ਦੀ ਲੋਡ ਮੁਤਾਬਕ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜੇ ਕੋਈ ਸੱਦੇ ਜਾਂ ਕੋਈ ਕਿਸੇ ਕੰਦੀ ਸਹਾਇਤਾ ਉਹਦੀ ਜਰੂਰ ਕਰਦੇ ਆ ਪਰ ਉਦਾਂ ਜਿਹੜੇ ਬੰਦਿਆਂ ਦੀ ਨਹੀਂ ਹੈ ਨਹੀਂ ਕੀਤੀ ਜਾਂ ਹੋਰ ਉੱਥੇ ਤਾਂ ਨਹੀਂ ਬਸ ਉਹ ਹੀ ਬੰਦੇ ਜਿਹੜੇ ਕਿਉਂਕਿ ਮੈਂ ਗਣਦਾ ਵੀ ਜਿਹੜਾ ਬੰਦਾ ਸਾਡੇ ਨਾਲ ਲੋਹਰ ਰਿਹਾ ਤੇ ਜੇ ਹੁਣ ਉਹਨੂੰ ਤੁਸੀਂ ਭੱਜ ਜੋ ਉਹ ਹੁਣ ਉਹਨੂੰ ਲੋੜ ਆ ਕੇ ਸਾਨੂੰ ਲੋੜ ਸੀ ਤੇ ਉਹ ਚੰਗਾ ਨਹੀਂ ਲੱਗਦਾ ਵੀ ਮਾਨ ਜਿਹੜਾ ਹੈ ਨਾ ਜ਼ਮੀਰ ਹੀ ਨੀ ਆ ਚੰਗੀ